ਹਰਿ ਹਰਿ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਉਠ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਪੋਤ ਪੋਤ ਜਨ ਹਰ ਰਸ ਰਤੇ, ਸੁਨ ਸਮਾਧ ਨਾਮ ਰਸ ਮਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਬਾਈਮਾਨ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਤਿਹ ਦੀ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਆਂ ਵੱਲੋਂ ਉਚਾਰਨ ਕੀਤੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਦੂਸਰੀ ਅਸ਼ਟਪਦੀ ਦੀ ਇਹ ਸੱਤਵੀਂ ਪੌੜੀ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਨਾਮ ਦੀ ਮਹਿਮਾ ਕਰਦੇ ਹੋਏ ਸਾਨੂੰ ਇਸ ਸੰਸਾਰ ਦੇ ਅੰਦਰ ਸਭ ਤੋਂ ਵੱਡਾ ਖਜ਼ਾਨਾ ਪਰਮੇਸ਼ਰ ਦਾ ਨਾਮ ਦੱਸਿਆ ਹੈ। ਹਰ ਹਰ ਜਨ ਕੈ ਮਾਲ ਖਜ਼ੀਨਾ, ਦੁਨੀਆਂ ਦੇ ਅੰਦਰ ਜਦੋਂ ਤੋਂ ਕਰੰਸੀ ਦੀ ਹੋਂਦ ਹੋਈ ਹੈ, ਮਨੁੱਖ ਨੇ ਜੋ ਵੀ ਵਟਾਂਦਰੇ ਵਜੋਂ ਮਨੁੱਖ ਨੇ ਤੈਅ ਕਰ ਲਿਆ, ਸੋਨਾ ਚਾਂਦੀ ਹੀਰੇ ਮੂੰਗੇ ਮਾਣਕ ਮੋਤੀ ਆਦਿ, ਇਸ ਧਨ ਨੂੰ ਮਾਲ ਖਜ਼ਾਨਾ ਆਪਣੇ ਕੋਲ ਵੱਧ ਤੋਂ ਵੱਧ ਜਮ੍ਹਾਂ ਕਰਨਾ ਆਪਣੇ ਜੀਵਨ ਦਾ ਨਿਸ਼ਾਨਾ ਮਿਥ ਲਿਆ। ਇਸ ਸੰਸਾਰ ਦੇ ਅੰਦਰ ਗੁਜ਼ਰਾਨ ਤੱਕ ਤਾਂ ਇਸ ਦੀ ਜ਼ਰੂਰਤ ਹੈ ਜੋ ਠੀਕ ਹੈ, ਪਰ ਜਦੋਂ ਬੰਦੇ ਦਾ ਮਕਸਦ ਸਿਰਫ ਧਨ ਇਕੱਠਾ ਕਰਨਾ ਹੋ ਜਾਵੇ ਤਾਂ ਉਹ ਧਨ ਦੇ ਨਾਲ ਵੀ ਧਨ ਦੇ ਮਕਸਦ ਨੂੰ ਭੁੱਲਿਆ ਹੋਇਆ ਸੁੱਖ ਨਹੀਂ ਲੈ ਪਾਉਂਦਾ। ਗੁਰੂ ਮਹਾਰਾਜ ਨੇ ਬੰਦੇ ਨੂੰ ਸਮਝਾਇਆ ਕਿ ਤੇਰਾ ਅਸਲੀ ਧਨ ਪਰਮਾਤਮਾ ਦਾ ਨਾਮ ਹੈ, ਤੇਰਾ ਅਸਲੀ ਧਨ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਇਹ ਸਵਾਸਾਂ ਦੀ ਪੂੰਜੀ, ਇਹ ਜੀਉ ਪਿੰਡ ਦੀ ਰਾਸ ਹੈ। ਇਸ ਧਨ ਨੂੰ ਬਰਬਾਦ ਕਰਕੇ ਜੇ ਤੂੰ ਦੂਜਾ ਧਨ ਇਕੱਠਾ ਵੀ ਕਰ ਲਵੇਂਗਾ ਤਾਂ ਉਹ ਧਨ ਤੇਰੇ ਕਿਸੇ ਅਰਥ ਨਹੀਂ ਹੈ, ਉਹ ਕੱਚਾ ਹੈ, ਇਹ ਸੱਚਾ ਹੈ। ਕਾਚਾ ਧਨ ਸੰਚੈ ਮੂਰਖ ਗਾਵਾਰ, ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਨਾ ਇਧਰਲੇ ਪਾਸੇ ਕੋਈ ਮੁੱਲ ਪੈਣਾ,
ਨਾ ਉਧਰਲੇ ਪਾਸੇ ਕੋਈ ਮੁੱਲ ਪਏਗਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਲੋਕ ਗਇਓ ਪਰ ਲੋਕ ਗਵਾਇਓ। ਧਨਵਾਨ ਮਨੁੱਖ ਚਾਹੁੰਦਾ ਹੈ ਤਨ ਹੋਰ ਹੋ ਜਾਵੇ, ਧਨਵੰਤਾ ਇਵੇਂ ਹੀ ਕਹੇ, ਉਹ ਇੱਦਾਂ ਹੀ ਕਹਿੰਦਾ ਵਰੀ ਧਨ ਕੋ ਜਾਓ, ਹੋਰ ਅੱਗੇ ਦੂਜੇ ਧਨ ਲਈ ਹੋਰ ਹਾਸਿਲ ਕਰਨ ਲਈ ਚਲਾ ਜਾਵਾਂ। ਸੁਖਮਨੀ ਸਾਹਿਬ 'ਚ ਵੀ ਲਿਖਿਆ ਹੈ, ਸਹਿਸ ਖੱਟੇ ਲੱਖ ਕੋ ਉੱਠਤਾ ਵੈ, ਹਜ਼ਾਰ ਜਦੋਂ ਖੱਟ ਲਵੇ ਉਦੋਂ ਲੱਖ ਵੱਲ ਦੌੜਦਾ ਹੈ। ਮਨੁੱਖ ਦੀ ਇਸ ਦੌੜ ਨੂੰ ਭਗਤ ਰਵਿਦਾਸ ਜੀ ਨੇ ਬੜਾ ਪਿਆਰਾ ਫਰਮਾਇਆ। ਉਹ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਮਿੱਟੀ ਦਾ ਪੁਤਲਾ ਅਤੇ ਨੱਚਦਾ ਦੇਖੋ ਕਿੰਨਾ ਹੈ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੋਨੇ ਬੋਲੇ ਦੌੜਿਓ ਫਿਰਤ ਹੈ। ਮਾਇਆ ਹੀ ਦੇਖਦਾ, ਮਾਇਆ ਨੂੰ ਹੀ ਸੁਣਦਾ ਹੈ ਅਤੇ ਮਾਇਆ ਬਾਰੇ ਹੀ ਬੋਲਦਾ ਹੈ। ਦੇਖੇ ਦੇਖੇ ਸੋਨੇ ਬੋਲੇ ਦੌੜਿਓ ਫਿਰਤ ਹੈ, ਜਬ ਕੱਛ ਪਾਵੇ ਤਬ ਗਰਬ ਕਰਦ ਹੈ। ਜਦੋਂ ਤਾਂ ਇਹਨੂੰ ਕੁਝ ਮਿਲ ਜਾਂਦਾ ਫਿਰ ਬੜਾ ਮਾਣ ਜਿਹਾ ਕਰਦਾ ਵੀ ਮੈਂ ਇਹ ਹਾਸਿਲ ਕੀਤਾ। ਜਬ ਕੱਛ ਪਾਵੇ ਤਬ ਗਰਬ ਕਰਦ ਹੈ, ਮਾਇਆ ਗਈ ਤਬ ਰੋਮਨ ਲੱਗਦ ਹੈ। ਇਹ ਵੀ ਨਾਲ ਹੀ ਚਲੀ ਜਾਂਦਾ, ਕਦੀ ਹੱਸ ਲੈਂਦਾ ਕਦੀ ਰੋ ਲੈਂਦਾ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿੰਦੇ ਇੱਕ ਬੱਕਰੀ, ਉਹਦੇ ਖਾਣ ਨੂੰ ਘਾਹ ਪੱਠਾ ਵਾਹਵਾ ਸਾਰਾ ਹੋਵੇ, ਭਾਵੇਂ ਮੇਵੇ ਖਾਂਦੀ ਹੋਵੇ, ਬਸ ਇੰਨਾ ਕਿ ਵੱਸਦੀ ਹੋਵੇ ਸ਼ੇਰ ਦੇ ਲਾਗੇ, ਅਤੇ ਸ਼ੇਰ ਭਾਵੇਂ ਪਿੰਜਰੇ 'ਚ ਹੀ ਹੋਵੇ ਬਸ, ਅਤੇ ਬੱਕਰੀ ਨੂੰ ਦੇਖਦਾ ਰਹੇ। ਉਸ ਬੱਕਰੀ ਦੀ ਜਿੰਨੀ ਕੁ ਸਿਹਤ ਬਣਨੀ ਤੁਸੀਂ ਆਪੇ ਹਿਸਾਬ ਲਾ ਲਓ। ਆ ਜਾ ਪੋ ਗੰਤ ਕੰਧ ਮੂਲੰਬ ਸੰਤੇ ਸਮੀਪ ਕਹਿ ਰਹ, ਵੱਸਦੀ ਸ਼ੇਰ ਦੇ ਲਾਗੇ, ਬੱਕਰੀ ਖਾਂਦੀ ਘਾਹ ਪੱਠੇ ਪੱਤੇ ਮੇਵੇ ਪੂਰੇ ਖਾਂਦੀ ਹੈ, ਪਰ ਸ਼ੇਰ ਲਾਗੇ ਉਹਨੂੰ ਦੇਖਦਾ ਰਹਿੰਦਾ। ਸ਼ੇਰ ਭਾਵੇਂ ਪਿੰਜਰੇ 'ਚ ਹੀ ਹੋਵੇ ਪਰ ਬੱਕਰੀ ਨੂੰ ਨਜ਼ਰ ਆਉਂਦਾ ਰਹੇ। ਤੁਸੀਂ ਆਪ ਅੰਦਾਜ਼ਾ ਲਾਓ ਕਿ ਬੱਕਰੀ ਨੂੰ ਕਿੰਨਾ ਕੁ ਆਨੰਦ ਹੋਏਗਾ। ਮਹਾਰਾਜ ਕਹਿੰਦੇ ਤਤ੍ਰ ਗਤੇ ਸੰਸਾਰ ਹੈ, ਇਹੀ ਹਾਲ ਸਾਰੇ ਸੰਸਾਰ ਦਾ, ਵਿੱਚ ਹੀ ਖੁਸ਼ੀਆਂ ਵਿੱਚ ਹੀ ਆਪਦਾ ਸਾਰਾ ਕੁਝ ਇਕੱਠਾ ਹੀ ਤੁਰਿਆ ਆਉਂਦਾ ਹੈ। ਅਜਾ ਹੁੰਦੀ ਬੱਕਰੀ, ਕਿਹਰ ਹੁੰਦਾ ਸ਼ੇਰ। ਅਜਾ ਭੋਗੰਤ ਕੰਧ ਮੂਲੰਗ, ਬੱਕਰੀ ਭੋਗੰਤ ਭਾਵ ਖਾਂਦੀ ਹੈ ਕੰਧ ਮੂਲ, ਜੜਾਂ ਪੱਤੇ ਜੋ ਵੀ ਉਹਦਾ ਖੁਰਾਕ ਹੈ, ਪਰ ਵੱਸਦੀ ਸ਼ੇਰ ਦੇ ਲਾਗੇ ਹੈ। ਅਜਾ ਭੋਗੰਤ ਕੰਧ ਮੂਲੰਗ ਬਸੰਤੀ ਸਮੀਪ ਕਿਹਰ, ਵੱਸਦੀ ਹੈ ਸਮੀਪ ਕਿਹਰ ਦੇ ਸ਼ੇਰ ਦੇ। ਤਤ੍ਰ ਗਤੇ ਸੰਸਾਰ ਹੈ, ਉਹੀ ਹਾਲ ਸਾਰੇ ਸੰਸਾਰ ਦਾ। ਤਤ੍ਰ ਗਤੇ ਸੰਸਾਰ ਹੈ ਨਾਨਕ ਸੋਗ ਹਰ ਖੰ ਵਿਆਪਤੇ, ਖੁਸ਼ੀਆਂ ਅਤੇ ਗਮੀਆਂ ਇਕੱਠੀਆਂ ਹੀ ਵਿਆਪਦੀਆਂ, ਸੋਗ ਹਰਖ ਦੇ ਨਾਲ ਹੀ ਆਉਂਦਾ ਹੈ ਅਤੇ ਹਰਖ ਸੋਗ ਦੇ ਨਾਲ ਹੀ ਆਉਂਦਾ, ਦੋਨੋਂ ਇਕੱਠੇ ਹੀ ਆਉਂਦੇ ਨੇ। ਜਿਵੇਂ ਆਪਾਂ ਇੱਕ ਨੋਟ ਇੱਕ ਪਾਸਿਓਂ ਛਪਿਆ ਹੋਵੇ ਇੱਕ ਪਾਸਿਓਂ ਨਾ ਛਪਿਆ ਹੋਵੇ ਆਪਾਂ ਲੈਂਦੇ ਨਹੀਂ, ਨੋਟ ਤਾਂ ਦੋ ਪਾਸਿਓਂ ਛਪਿਆ ਹੋਵੇ ਤਾਂ ਹੀ ਚੱਲਦਾ ਨਾ। ਦੁੱਖ ਅਤੇ ਸੁੱਖ ਇੱਕੋ ਨੋਟ ਦੇ ਦੋ ਪਾਸੇ ਨੇ, ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਦੋਨੇ ਇਕੱਠੇ ਹੀ ਆਉਂਦੇ ਹਨ। ਜਿਹੜੀ ਚੀਜ਼ ਵਿੱਚ ਸੁੱਖ ਹੈ ਉਹਦੇ ਵਿੱਚ ਹੀ 50 ਦੁੱਖ ਲੁਕੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਜਦੋਂ ਬੰਦੇ ਨੇ ਉਹ ਚੀਜ਼ ਹਾਸਲ ਕਰਨੀ ਹੈ ਉਹਨੂੰ ਉਹਦਾ ਇੱਕ ਪੱਖ ਦਿਖਦਾ, ਇੱਕ ਪੱਖ ਦਿਖਦਾ, ਗੱਡੀ ਸੁੱਖ ਹੈ ਪਰ ਉਹਦੇ ਨਾਲ ਕਿੰਨੀਆਂ ਚਿੰਤਾਵਾਂ ਜੁੜੀਆਂ ਹਨ, ਧੀਆਂ ਪੁੱਤਰ ਸੁੱਖ ਹਨ ਪਰ ਜੇ ਕੁਰਾਹੇ ਪੈ ਜਾਣ ਤਾਂ ਬਹੁਤ ਵੱਡਾ ਦੁੱਖ ਵੀ ਹੈ। ਮਹਾਰਾਜ ਫਰਮਾਉਂਦੇ ਨੇ
ਅਸਲ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਬੰਦਾ ਖਜ਼ਾਨੇ ਸਮਝਦਾ ਹੈ ਉਹ ਖਜ਼ਾਨੇ ਨਹੀਂ ਹਨ, ਜੇ ਹਨ ਤਾਂ ਉਹ ਕੱਚੇ ਹਨ। ਕਾਚਾ ਧਨ ਸੰਚੈ ਮੂਰਖ ਗਾ ਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਇੱਧਰ ਵੀ ਕੋਈ ਮੁੱਲ ਨਹੀਂ ਪੈਣਾ ਅਤੇ ਉੱਧਰ ਵੀ ਨਹੀਂ ਪੈਣਾ, ਲੋਕ ਗਇਓ ਪਰ ਲੋਕ ਗਵਾਇਓ। ਰੱਬ ਦੇ ਪਿਆਰਿਆਂ ਨੇ ਅਸਲੀ ਧਨ ਨੂੰ ਸਮਝ ਲਿਆ ਵੀ ਅਸਲੀ ਖਜ਼ਾਨਾ ਤਾਂ ਰੱਬ ਦਾ ਨਾਮ ਆ। ਅੱਜ ਦੇ ਸ਼ਬਦ ਦੀ ਪਹਿਲੀ ਪੰਕਤੀ ਇਹ ਆ, ਹਰ ਹਰ ਜਨ ਕਹਿ ਮਾਲ ਖਜ਼ੀਨਾ। ਇੱਕ ਸੇਠ ਦੁਨੀ ਚੰਦ ਹੋਇਆ ਲਾਹੌਰ ਦਾ ਨਿਵਾਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ। ਬੜੀ ਸ਼ਰਧਾ ਰੱਖੀ, ਬੜੀ ਸ਼ਰਧਾ ਰੱਖੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਉਪਦੇਸ਼ ਮੰਗਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਬਿਰਧ ਹੈ, ਉਹ ਉੱਨੀ ਦੇਰ ਬੰਦੇ ਨੂੰ ਉਪਦੇਸ਼ ਨਹੀਂ ਕਰਦੇ ਜਿੰਨੀ ਦੇਰ ਉਹਦਾ ਮਨ ਸੁਣਨ ਨੂੰ ਤਿਆਰ ਨਹੀਂ ਹੋਇਆ ਹੁੰਦਾ। ਸਿਆਣਾ ਲੁਹਾਰ ਲੋਹੇ 'ਤੇ ਸੱਟ ਉਦੋਂ ਹੀ ਮਾਰਦਾ ਜਦੋਂ ਲੋਹਾ ਪਿਘਲਿਆ ਹੋਵੇ। ਲੋਹਾ ਜਿਹੜਾ ਹੈ ਜਦ ਤੱਕ ਲਾਲ ਨਹੀਂ ਹੁੰਦਾ, ਚੰਗੀ ਤਰ੍ਹਾਂ ਪੰਘਰਦਾ ਨਹੀਂ ਅੱਗ ਦੇ ਵਿੱਚ, ਅਤੇ ਉੱਨੀ ਦੇਰ ਉਹਦੇ 'ਤੇ ਥੌੜੇ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਪਹਿਲਾਂ ਬੰਦੇ ਦੇ ਮਨ ਨੂੰ ਰੈਡੀ ਕਰਨਾ, ਤਿਆਰ ਕਰਨਾ ਵੀ ਉਹ ਗੱਲ ਸੁਣਨ ਜੋਗਾ ਹੋ ਜਾਵੇ, ਫਿਰ ਉਹਨੂੰ ਗੱਲ ਦੱਸਣ ਦਾ ਫਾਇਦਾ ਹੁੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਹਰਿਦੁਆਰ ਜਾ ਕੇ ਸਿੱਧਾ ਉਪਦੇਸ਼ ਨਹੀਂ ਕੀਤਾ। ਉਹਨਾਂ ਨੂੰ ਪਤਾ ਵੀ ਦੁਨੀਆ ਜਦੋਂ ਕੋਈ ਸਮਝਾਵੇ ਤਾਂ ਸੁਣਦੇ ਨਹੀਂ ਹੁੰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਵੀ ਹੈ, ਉਹ ਕਹਿੰਦੇ ਵੀ ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ। ਸਾਧਕ ਦਾ ਕੰਮ ਇਹ ਹੈ ਵੀ ਪਹਿਲਾਂ ਆਪਦੇ ਆਪ ਨੂੰ ਸਮਝਾ ਲਏ, ਦੂਜਿਆਂ ਨੂੰ ਫਿਰ ਸਮਝਾਵਾਂਗੇ। ਆਪਣਾ ਮਨ ਸਮਝਾ ਲਈਏ ਇੰਨਾ ਹੀ ਬਹੁਤ ਆ, ਦੁਨੀਆ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਆਪ ਹੈਗੇ, ਉਹ ਸਮਝਾ ਲੈਣਗੇ, ਸਾਡੇ ਵੱਸ ਦੀ ਗੱਲ ਨਹੀਂ ਹੈ। ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ। ਗੁਰੂ ਸਾਹਿਬ ਨੇ ਪਹਿਲਾਂ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦਿੱਤਾ, ਪਹਿਲਾਂ ਇੱਕ ਪੁੱਠੀ ਕਾਰਵਾਈ ਜਦੋਂ ਦੇਖੀ ਲੋਕਾਂ ਨੇ ਵੀ ਦੇਖੋ ਸਾਰੇ ਪਾਣੀ ਇੱਧਰ ਨੂੰ ਦੇ ਰਹੇ ਨੇ, ਇਹ ਇੱਧਰ ਨੂੰ ਦੇਈ ਜਾਂਦੇ ਨੇ ਜਿੱਧਰ ਸੂਰਜ ਛਿਪਦਾ। ਇੱਕ ਵਾਰ ਜਦੋਂ ਲੋਕਾਂ ਦੇ ਮਨ 'ਚ ਜਗਿਆਸਾ ਪੈਦਾ ਹੋ ਗਈ ਤਾਂ ਫਿਰ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਕੀਤਾ। ਜਿੰਨੀ ਦੇਰ ਤੱਕ ਸੁਣਨ ਵਾਲਾ ਤਿਆਰ ਨਾ ਹੋਵੇ ਉਪਦੇਸ਼ ਜਿਹੜਾ ਹੈ ਉਹ ਵਿਅਰਥ ਚਲਾ ਜਾਂਦਾ। ਵਿਣ ਗਾਹਕ ਗੁਣ ਵੇਚੀ ਗਏ ਤਉ ਗੁਣ ਸਹਿਗ ਹੋ ਜਾਏ, ਗਾਹਕ ਨਾ ਹੋਵੇ ਚੀਜ਼ ਸਸਤੀ ਚਲੀ ਜਾਂਦੀ। ਮੰਡੀਆਂ ਦੇ ਵਿੱਚ ਕਿੰਨੇ ਅਨਾਜ ਦੇ ਵੱਖ ਵੱਖ ਰੂਪ ਜਿਹੜੇ ਰੁਲ ਜਾਂਦੇ ਨੇ, ਕਿਉਂ? ਕਿਉਂਕਿ ਅੱਗੇ ਗਾਹਕ ਹੈ ਨਹੀਂ। ਗੁਰੂ ਮਹਾਰਾਜ ਕਹਿੰਦੇ ਹਨ, ਉਪਦੇਸ਼ ਦਿੰਦੇ ਹਨ ਬੰਦੇ ਨੂੰ, ਦੁਨੀ ਚੰਦ ਜਿਹੜਾ ਸੇਠ ਹੈ ਉਹ ਸੁਣਨ ਵਾਲੇ ਮੂਡ 'ਚ ਨਹੀਂ ਹੈਗਾ, ਅਮੀਰ ਹੈ, ਪੈਸਾ ਉਹਨੇ ਜਮ੍ਹਾਂ ਕੀਤਾ। ਕਹਿੰਦੇ ਵੀ ਉਹਦੇ 7 ਝੰਡੇ ਲੱਗੇ ਸੀ, ਪਤਾ ਲੱਗਦਾ ਵੀ 1 ਕਰੋੜ ਹੋ ਗਿਆ। ਗੁਰੂ ਸਾਹਿਬ ਮਹਾਰਾਜ ਨੇ ਉਹਦੇ ਮਨ ਨੂੰ ਗੱਲ ਸਮਝਣ ਵਾਲਾ ਤਿਆਰ ਕਰਨ ਵਾਸਤੇ ਉਹਨੂੰ ਇੱਕ ਸੂਈ ਦੇ ਦਿੱਤੀ। ਕਹਿੰਦੇ ਵੀ ਲੈ ਗੁਰਮੁਖਾ ਸੂਈ ਲੈ ਜਾ, ਅਤੇ ਜਦੋਂ ਅਗਲੇ ਜਹਾਨ 'ਚ ਅਸੀਂ ਤੇਰੇ ਤੋਂ ਵਾਪਸ ਲੈ ਲਾਂਗੇ। ਉਹ ਉੱਦਾਂ ਹੀ ਘਰੇ ਲੈ ਗਿਆ। ਘਰੇ ਜਾ ਕੇ ਵਿਚਾਰ ਕਰਦਾ ਹੈ ਅਤੇ ਫਿਰ ਉਹਨੂੰ ਸਮਝ ਆਉਂਦੀ ਹੈ ਵੀ ਸੂਈ ਅਗਲੇ ਜਹਾਨ 'ਚ ਜਾਣੀ ਕਿੱਦਾਂ, ਇਹ ਤਾਂ ਪੁੱਛਿਆ ਹੀ ਨਹੀਂ। ਅਤੇ ਗੁਰੂ ਸਾਹਿਬ ਜੀ ਕੋਲ ਵਾਪਸ ਆਉਂਦਾ ਹੈ ਅਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜਿਹੜਾ 7 ਕਰੋੜ 7 ਝੰਡੇ ਕਹਿੰਦੇ ਲੱਗੇ ਸੀ, 7 ਕਰੋੜ ਦੇ ਨਿਸ਼ਾਨੀ ਸੀ, ਉਹ ਇੰਨਾ ਜਮ੍ਹਾਂ ਕਰ ਲਿਆ। ਕਹਿੰਦੇ ਜਿਵੇਂ ਇਹ ਜਾਏਗਾ ਸਮਾਨ ਸਾਰਾ, ਨਾਲ ਇਹ ਵੀ ਲੈ ਜਾਈ। ਉਹਨੂੰ ਸਮਝ ਆ ਗਈ। ਗੁਰੂ ਮਹਾਰਾਜ ਜੀ ਜਦੋਂ ਦਇਆ ਕਰਕੇ ਕਿਸੇ ਨੂੰ ਸਮਝਾਉਂਦੇ ਨੇ, ਜਿਹੜਾ ਨਹੀਂ ਵੀ ਸੁਣਨਾ ਚਾਹੁੰਦਾ ਉਹਨੂੰ ਵੀ ਸੁਣਨ ਲਈ ਮਹਾਰਾਜ ਤਿਆਰ ਕਰ ਲੈਂਦੇ, ਜਿਹਦੇ 'ਤੇ ਉਹਨਾਂ ਨੇ ਕਿਰਪਾ ਕਰਨੀ ਉਹਨੂੰ ਉਹਨਾਂ ਨੇ ਆਪਦੇ ਨਾਲ ਰਲਾ ਲੈਣਾ। ਮਹਾਰਾਜ ਕਹਿੰਦੇ ਭਾਈ ਅਸਲੀ ਖਜ਼ਾਨਾ ਤਾਂ ਰੱਬ ਦੇ ਨਾਮ ਦਾ ਹੈ, ਉਹਦੀ ਸਿਫਤ ਦਾ ਹੈ। ਸਿਫਤ ਖਜ਼ਾਨਾ
ਜਿਨ੍ਹਾਂ ਨੂੰ ਉਹਨੇ ਬਖਸ਼ਿਆ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਤੇ ਦੂਜੇ ਪਾਸੇ ਕਹਿੰਦੇ ਭਾਵੇਂ ਪਹਾੜ ਜਿੱਡਾ ਤੇਰੇ ਕੋਲ ਢੇਰ ਹੋਵੇ ਸੋਨੇ ਦਾ। ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ, ਉਹਦੇ 'ਚ ਲਿਖਿਆ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ। ਕਿਸੇ ਕੋਲ ਸੋਨਾ ਹੈ ਤੋਲਿਆਂ ਦੇ ਹਿਸਾਬ ਨਾਲ, ਕਿਸੇ ਕੋਲ ਸੋਨਾ ਹੈ ਕਿਲੋਆਂ ਦੇ ਹਿਸਾਬ ਨਾਲ, ਕਿਸੇ ਕੋਲ ਸੋਨਾ ਹੋ ਸਕਦਾ ਕੁਇੰਟਲਾਂ ਦੇ ਹਿਸਾਬ ਨਾਲ, ਅਤੇ ਕਿਸੇ ਕੋਲ ਹੋਵੇ ਪਹਾੜਾਂ ਦੇ ਹਿਸਾਬ ਨਾਲ। ਗਿਰਹਾਂ ਸੇਤੀ, ਸੇਤੀ ਹੁੰਦਾ ਨਾਲ, ਜਿਵੇਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਤੋਲਿਆਂ ਨਾਲ ਨਹੀਂ, ਕਿਲੋਆਂ ਨਾਲ ਵੀ ਨਹੀਂ, ਕੁਇੰਟਲਾਂ ਨਾਲ ਵੀ ਨਹੀਂ, ਗਿਰਹਾਂ ਸੇਤੀ ਪਹਾੜਾਂ ਨਾਲ ਇੰਨਾ ਸੋਨਾ ਹੋਵੇ, ਇੰਨੀ ਚਾਂਦੀ ਹੋਵੇ ਕਿ ਪਹਾੜ ਹੀ ਲੱਗੇ ਹੋਣ, ਸਮੁੰਦਰਾਂ ਵਰਗੀ ਬਾਦਸ਼ਾਹੀ ਹੋਵੇ ਜਿਹੜੀ ਮੁੱਕੇ ਹੀ ਨਾ। ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ। ਇੰਨਾ ਕੁਝ ਹੋਣ ਤੋਂ ਬਾਅਦ ਵੀ ਕਹਿੰਦੇ ਕੀੜੀ ਜਿੰਨਾ ਮੁੱਲ ਨਹੀਂ, ਕੀੜੀ ਧੁੱਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ। ਜੇ ਕੀੜੀ ਨੂੰ ਰੱਬ ਯਾਦ ਹੋਵੇ ਤਾਂ ਇਹ ਸਾਰਾ ਕੁਝ ਕੀੜੀ ਤੋਂ ਵੀ ਥੱਲੇ ਆ, ਕੀੜੀ ਦਾ ਮੁੱਲ ਜ਼ਿਆਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਕੀਤੀ ਹੈ। ਬਾਕੀ ਦੁਨੀਆਂ ਦੀਆਂ ਧਨ ਦੌਲਤਾਂ ਮਾਲ ਖਜ਼ਾਨਿਆਂ ਨੂੰ ਮਹਾਰਾਜ ਨੇ ਖਜ਼ਾਨੇ ਮੰਨਿਆ ਹੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਾਰ ਸਲੋਕਾਂ ਦਾ ਇੱਕ ਸੰਗ੍ਰਹਿ ਆਉਂਦਾ ਇਕੱਠਾ ਮਾਝ ਕੀ ਵਾਰ ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਸਾਰੀਆਂ ਇਹਨਾਂ ਵਡਿਆਈਆਂ ਦੀ ਗੱਲ ਕੀਤੀ ਕਿ ਇਹ ਮਾਲ ਖਜ਼ਾਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਇਹ ਅਸਲ ਵਿੱਚ ਰੱਬ ਤੋਂ ਤੋੜ ਦਿੰਦੇ ਹਨ। ਮਾਲ ਖਜ਼ਾਨਾ ਹੋਣਾ, ਧਨ ਦੌਲਤ ਹੋਣੀ ਮਾੜੀ ਨਹੀਂ ਹੈ। ਹਾਂ, ਉਹਦੇ ਨਾਲ ਮਨੁੱਖ ਦਾ ਰਿਸ਼ਤਾ ਕੀ ਇਹ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ। ਸਾਡੇ ਸਰੀਰ ਵਿੱਚ ਗੰਦਗੀ ਵੀ ਹੁੰਦੀ ਹੈ, ਪਰ ਉਹ ਸਰੀਰ ਦੇ ਇੱਕ ਹਿੱਸੇ ਵਿੱਚ ਹੈ। ਸਾਡੇ ਸਰੀਰ ਵਿੱਚ ਖੂਨ ਹੈ, ਦਿਲ ਹੈ, ਦਿਮਾਗ ਹੈ, ਕਿੰਨੇ ਸਰੀਰ ਦੇ ਅੰਗ ਨੇ, ਸਾਰੇ ਆਪੋ ਆਪਣੀ ਥਾਂ 'ਤੇ ਆ ਅਤੇ ਸਰੀਰ ਦੇ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ। ਹਾਂ, ਇੱਕ ਥਾਂ ਦੀ ਚੀਜ਼ ਦੂਜੀ ਥਾਂ 'ਤੇ ਪਹੁੰਚੇ ਉਦੋਂ ਸਮੱਸਿਆ ਹੈ। ਜਿਹੜਾ ਭੋਜਨ ਸਾਡੇ ਪੇਟ 'ਚ ਜਾ ਰਿਹਾ ਹੈ, ਜੇ ਕਿਤੇ ਗਲਤੀ ਨਾਲ ਗੱਲਾਂ ਕਰਨ ਲੱਗ ਜਾਈਏ ਖਾਂਦੇ ਖਾਂਦੇ, ਤਾਂ ਕਈ ਵਾਰ ਸਾਹ ਨਲੀ ਦੇ ਵਿੱਚ ਭੋਜਨ ਚਲਾ ਜਾਂਦਾ, ਉਸੇ ਵੇਲੇ ਉੱਥੋਂ ਆਉਂਦਾ ਹੈ, ਖੰਘ ਆਉਂਦੀ ਹੈ ਕਿ ਭੋਜਨ ਨੇ ਇੱਧਰ ਨਹੀਂ ਜਾਣਾ, ਇੱਧਰ ਜਾਣਾ। ਜਦੋਂ ਸਾਹ ਵਾਲੀ ਨਾਲੀ 'ਚ ਇੱਕ ਕਿਣਕਾ ਵੀ ਖਿੱਚਿਆ ਜਾਂਦਾ ਕਿਤੇ ਗਲਤੀ ਨਾਲ, ਤਾਂ ਸਾਡੇ ਸਰੀਰ ਨੂੰ ਉਸੇ ਵੇਲੇ ਦਿੱਕਤ ਹੁੰਦੀ ਹੈ। ਮਾਇਆ, ਦੌਲਤ, ਧਨ, ਪਦਾਰਥ ਮਾੜੇ ਨਹੀਂ, ਪਰ ਬੰਦੇ ਦੀ ਸੁਰਤ ਵਿੱਚ ਉਹਦੀ ਜਗ੍ਹਾ ਕੀ, ਇਹ ਹੋਣੀ ਜਗ੍ਹਾ ਤੈਅ ਹੋਣੀ ਚਾਹੀਦੀ ਵੀ ਇਹਨੇ ਇੱਥੇ ਰਹਿਣਾ, ਇਹਦੀ ਆਹ ਜਗ੍ਹਾ ਹੈ। ਅਸੀਂ ਧਨ ਨੂੰ ਲਿਆਂਦਾ ਰੱਬ ਵਾਲੀ ਜਗ੍ਹਾ 'ਤੇ, ਵੀ ਪੈਸਾ ਹੀ ਸਾਡਾ ਰੱਬ ਆ, ਪੈਸਾ ਹੀ ਸਾਡਾ ਮਾਂ ਪਿਓ ਆ, ਪੈਸਾ ਹੀ ਸਾਡਾ ਰਿਸ਼ਤੇਦਾਰ ਆ, ਅਤੇ ਪੈਸਾ ਹੀ ਸਾਡਾ ਭੈਣ ਭਰਾ ਆ। ਪੰਜਵੇਂ ਪਾਤਸ਼ਾਹ ਨੇ ਲਿਖਿਆ ਜਦੋਂ ਪੈਸੇ ਆਏ ਅਤੇ ਪੈਸੇ ਭੈਣ ਭਰਾ ਬਣ ਗਏ ਅਤੇ ਸਾਕ ਅੰਗ ਸਾਰੇ ਭੁੱਲ ਗਏ। ਕਿਸ ਹੀ ਚਿੱਤ ਨਾ ਪਾਵਹੀ ਵਿਸਰਿਆ ਸਭ ਸਾਕ, ਸਾਰੇ ਸਾਕ ਅੰਗ ਭੁੱਲ ਗਏ, ਕਿਹੜੀ ਮਾਸੀ, ਕਿਹੜੀ ਭੂਆ, ਕਿਹੜਾ ਮਾਮਾ, ਕਿਹੜਾ ਚਾਚਾ, ਕਿਹੜਾ ਪਿਓ, ਕਿਹੜੀ ਮਾਂ, ਪੈਸਾ ਹੀ ਸਾਡੇ ਲਈ ਮਾਂ ਬਾਪ ਹੈ, ਅਤੇ ਪੈਸਾ ਹੀ ਸਾਡੇ ਲਈ ਨਾਨਕੇ, ਅਤੇ ਪੈਸਾ ਹੀ ਸਾਡੇ ਲਈ ਦਾਦਕੇ। ਕੋਈ ਸਾਕ ਚੇਤੇ ਨਹੀਂ ਆਉਂਦਾ, ਬਸ ਪੈਸਾ ਹੀ ਸਾਰਾ ਕੁਛ ਹੋ ਜਾਂਦਾ। ਮਹਾਰਾਜ ਨੇ ਕਿਹਾ ਧਨ ਦੌਲਤ ਸਾਡੇ ਲਈ, ਧਨ ਦੌਲਤ ਜਿਹੜਾ ਹੈ ਇਹ ਗੁਜਰਾਨ ਹੈ, ਇਹਨੂੰ ਗੁਜਰਾਨ ਮੰਨਣਾ, ਇਹਨੂੰ ਰੱਬ ਨਹੀਂ ਬਣਾ ਲੈਣਾ। ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਦੀ ਸਹੀ ਸਹੀ ਵਿਆਖਿਆ ਮਨੁੱਖ ਨੂੰ ਦਿੱਤੀ।
ਜਦੋਂ ਇਨਸਾਨ ਸਾਰੀਆਂ ਚੀਜ਼ਾਂ ਨੂੰ ਥਾਂ ਥਾਈਂ ਰੱਖੇ, ਜਿੱਥੇ ਗੁਰੂ ਹੈ ਉੱਥੇ ਗੁਰੂ, ਜਿੱਥੇ ਮਾਂ ਬਾਪ ਹਨ ਉੱਥੇ ਮਾਂ ਬਾਪ, ਜਿੱਥੇ ਧਨ ਹੈ ਉੱਥੇ ਧਨ, ਹਰ ਇੱਕ ਦੀ ਆਪਣੀ ਇੱਕ ਜਗ੍ਹਾ ਹੈ, ਇਹ ਦੁਨੀਆ ਦਾ ਸਿਸਟਮ ਤਾਂ ਚੱਲਦਾ। ਜਦੋਂ ਇਨਸਾਨ ਇਹਨਾਂ ਦੀ ਜਗ੍ਹਾ ਬਦਲਦਾ ਹੈ, ਉਦੋਂ ਸਮੱਸਿਆ ਵਿੱਚ ਘਿਰ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਸਾਡਾ ਅਸਲੀ ਖਜ਼ਾਨਾ, ਸਾਡੀ ਅਸਲੀ ਧਨ ਦੌਲਤ ਵਾਹਿਗੁਰੂ ਦਾ ਨਾਮ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਆਓ ਕੀ ਫਰਮਾਉਂਦੇ ਨੇ, ਵਿਚਾਰ ਕਰੀਏ। ਪੌੜੀ ਦੀਆਂ 10 ਪੰਕਤੀਆਂ ਹਨ, ਇੱਕ ਇੱਕ ਕਰਕੇ ਹਰ ਪੰਕਤੀ ਦੀ ਵਿਚਾਰ ਅਰਥਾਂ ਦੇ ਨਾਲ ਜੁੜਨਾ ਹੈ। ਆਪਣੀ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਈਏ। ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਵੀ ਇੱਥੇ ਰਹਿਣਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਆਓ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ, ਹਰ ਹਰ ਜਨ ਕੈ ਮਾਲਕ ਜਿੰਦਾ। ਜੋ ਰੱਬ ਦੇ ਜਨ ਹਨ, ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਵਾਸਤੇ ਹਰੀ ਦਾ ਨਾਮ ਹੀ ਮਾਲ ਹੈ, ਖਜ਼ਾਨਾ ਹੈ। ਉਹਨਾਂ ਦੀ ਅਸਲੀ ਦੌਲਤ ਇਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਸਾਂਝਾ ਕਰੀਏ। ਉਹਨਾਂ ਲਿਖਿਆ, ਪਿਓ ਦਾਦੇ ਕਾ ਖੋਲਡ ਠਾ ਖਜ਼ਾਨਾ। ਸਾਡਾ ਤਾਂ ਖਜ਼ਾਨਾ ਭਾਈ ਇਹ ਬਾਣੀ ਹੈ, ਇਹ ਰੱਬ ਦਾ ਨਾਮ ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ, ਸਾਡਾ ਇਹ ਖਜ਼ਾਨਾ ਹੈ, ਇਹ ਪਿਓ ਦਾਦਿਆਂ ਦਾ ਖਜ਼ਾਨਾ। ਜਦੋਂ ਖੋਲ੍ਹ ਕੇ ਵੇਖਿਆ, ਪਿਓ ਦਾਦੇ ਕਾ ਖੋਲਡ ਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਮੇਰੇ ਮਨ ਵਿੱਚ ਵੱਡਾ ਨਿਧਾਨ ਖਜ਼ਾਨਾ ਪ੍ਰਗਟ ਹੋ ਗਿਆ, ਵੱਡੀ ਦੌਲਤ ਮੇਰੇ ਮਨ ਵਿੱਚ ਪੈਦਾ ਹੋ ਗਈ ਜਦੋਂ ਮੈਂ ਇਹ ਖਜ਼ਾਨਾ ਖੋਲ੍ਹ ਕੇ ਵੇਖਿਆ। ਇਹਦੇ 'ਚ ਕੀ ਹੈ? ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਹ ਸਾਡੇ ਪਿਓ ਦਾਦਿਆਂ ਨੇ ਖਜ਼ਾਨਾ ਜਿਹੜਾ ਸਾਨੂੰ ਦਿੱਤਾ ਹੈ। ਸਾਧ ਸੰਗਤ ਜੀ, ਇੱਕ ਸਮਾਂ ਐਸਾ ਆਇਆ ਸੀ, ਪ੍ਰਿਥੀ ਚੰਦ ਦੀ ਨਾਕਾਬੰਦੀ ਕਰਕੇ ਸਾਰੀ ਗੁਰੂ ਘਰ ਦੀ ਕਾਰ ਭੇਟਾ ਪ੍ਰਿਥੀ ਚੰਦ ਕੋਲ ਜਾ ਰਹੀ ਸੀ। ਸਾਰੀ ਧਨ ਦੌਲਤ ਦਾ ਮਾਲਕ, ਪ੍ਰੋਪਰਟੀ ਦਾ ਮਾਲਕ ਪ੍ਰਿਥੀ ਚੰਦ ਸੀ, ਅਤੇ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਉਂਦੀ ਸੀ, ਉਪਦੇਸ਼ ਲੈਂਦੀ, ਲੰਗਰ ਛਕਦੇ। ਹੌਲੀ ਹੌਲੀ ਲੰਗਰ ਮਸਤਾਨਾ ਹੁੰਦਾ ਗਿਆ, ਔਰ ਇੱਕ ਸਮਾਂ ਐਸਾ ਵੀ ਆਇਆ ਕਿ ਲੰਗਰ ਦੇ ਵਿੱਚ ਇੱਦਾਂ ਹੀ ਭੁੱਜੇ ਹੋਏ ਚਣੇ ਖਾ ਕੇ ਗੁਜ਼ਾਰਾ ਕਰਨ ਵਾਲਾ ਕੰਮ ਹੋ ਗਿਆ ਕਿ ਪ੍ਰਸ਼ਾਦ ਲਓ ਅਤੇ ਪਾਣੀ ਪੀਓ, ਅਤੇ ਇਹੀ ਗੁਰੂ ਘਰ ਲੰਗਰ ਸੀ। ਭਾਈ ਗੁਰਦਾਸ ਜੀ ਆਗਰੇ ਗਏ ਹੋਏ ਸਨ, ਉੱਥੋਂ ਵਾਪਸ ਆਏ, ਉਹਨਾਂ ਨੇ ਇਹ ਦੇਖਿਆ। ਫਿਰ ਉਹਨਾਂ ਨੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਸਤਿਗੁਰਾਂ ਨੂੰ ਉਹਨਾਂ ਦੀ ਆਗਿਆ ਲੈ ਕੇ ਸਿੱਖ ਸੰਗਤਾਂ ਵਿੱਚ ਜਾਗਰੂਕਤਾ ਪੈਦਾ ਕੀਤੀ, ਔਰ ਦਸਵੰਧ ਦੀ ਪ੍ਰਥਾ ਫਿਰ ਉਦੋਂ ਬਾਅਦ ਚੱਲੀ। ਸਮਝਣ ਵਾਲੀ ਗੱਲ ਕੀ ਹੈ? ਗੁਰੂ ਮਹਾਰਾਜ ਨੇ ਕਿਹਾ, ਭਾਈ ਸਾਡੀ ਅਸਲੀ ਦੌਲਤ ਤਾਂ ਇਹੀ ਹੈ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਉਹਨਾਂ ਦੀ ਬਾਪ ਦਾਦਿਆਂ ਦੀ ਜੋ ਜ਼ਮੀਨ ਆਦਿ ਸੀ, ਉਹਨਾਂ ਨੇ ਆਪਦੇ ਜੋ ਸੰਸਾਰੀ ਦੌਲਤ ਸੀ ਉਹਦੇ ਵਾਰਸ ਉਹਨਾਂ ਨੇ ਆਪਦੇ ਪੁੱਤਰਾਂ ਨੂੰ ਬਣਾਇਆ। ਜਿਵੇਂ ਕਿ ਸੰਸਾਰ ਦੇ ਵਿੱਚ ਹੁੰਦਾ, ਪਿਤਾ ਦੀ ਜ਼ਮੀਨ ਜਾਇਦਾਦ ਪੁੱਤਰਾਂ ਦੀ ਹੁੰਦੀ ਹੈ, ਪਰ ਜਿਹੜੀ ਉਹਨਾਂ ਦੀ ਆਤਮਿਕ ਦੌਲਤ ਸੀ ਉਹ ਸਾਰੀ ਬਾਣੀ ਦੀ ਪੋਥੀ ਉਹਨਾਂ ਨੇ ਉਹ ਭਾਈ ਲਹਿਣਾ ਜੀ ਨੂੰ ਦਿੱਤੀ। ਤਿੱਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ। ਵੀ ਸਾਡਾ ਅਸਲੀ ਖਜ਼ਾਨਾ ਤਾਂ ਇਹ ਹੈ, ਸਾਡਾ ਅਸਲੀ ਰਿਸ਼ਤਾ ਤਾਂ ਬਾਪ ਦਾਦੇ ਵਾਲਾ ਗੁਰੂ ਨਾਲ ਹੈ। ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਅਸਲੀ ਪੋਤਰਾ ਤਾਂ ਗੁਰੂ ਅਮਰਦਾਸ ਹੈ, ਅਤੇ ਅਸਲੀ ਪੁੱਤਰ ਭਾਈ ਲਹਿਣਾ ਹੈ, ਜਿਹੜਾ ਕਹਿ ਲਓ ਕਿ ਇਹ ਸ਼ਬਦ ਦੇ ਨਾਲ ਜਿਹੜਾ ਰਿਸ਼ਤਾ ਹੈ। ਤਾਂ ਗੁਰੂ ਮਹਾਰਾਜ ਨੇ ਆਖਿਆ ਵੀ ਸਾਨੂੰ ਸਾਡੇ ਵਡੇਰਿਆਂ ਨੇ ਆ ਖਜ਼ਾਨਾ ਦਿੱਤਾ ਹੈ, ਅਤੇ ਅਸੀਂ ਬੜੇ ਅਮੀਰ ਹਾਂ। ਹਮ ਧਨਵੰਤ, ਅਸੀਂ ਬੜੇ ਧਨਵਾਨ ਹਾਂ, ਸਾਡੇ ਕੋਲ ਬਹੁਤ ਧਨ ਹੈ। ਹਮ ਧਨਵੰਤ ਭਾਗਠ, ਅਸੀਂ ਭਾਗਾਂ ਵਾਲੇ ਹਾਂ, ਸਾਡੇ ਤਾਂ ਬਹੁਤ ਭਾਗ ਲੱਗੇ ਹੋਏ ਨੇ, ਸਾਡੇ ਕੋਲ ਗੁਰਬਾਣੀ ਆ। ਹਮ ਧਨਵੰਤ
ਭਾਗਠ ਸੱਚ ਨਾਏ, ਅਸੀਂ ਸੱਚੇ ਨਾਮ ਦੀ ਬਦੌਲਤ ਧਨਵਾਨ ਹਾਂ। ਹਰ ਗੁਣ ਗਾਵੈ ਸਹਿਜ ਸੁਭਾਏ, ਅਸੀਂ ਰੱਬ ਦੇ ਗੁਣ ਗਾਉਂਦੇ ਹਾਂ, ਸਹਿਜ ਸੁਭਾਅ ਗਾਉਂਦੇ ਹਾਂ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹਨਾਂ ਦੇ ਭੰਡਾਰੇ ਬਹੁਤ ਭਰੇ ਪਏ ਨੇ, ਮੁੱਕਦੇ ਹੀ ਨਹੀਂ। ਗੁਰਬਾਣੀ ਦੇ ਕਿੰਨੇ ਸ਼ਬਦ ਹਨ ਜਿਹੜੇ ਆਪਾਂ ਸੁਣ ਚੁੱਕੇ ਹਾਂ, ਵਿਚਾਰ ਚੁੱਕੇ ਹਾਂ। ਇਹ ਤਾਂ ਆਪਾਂ ਨੂੰ ਕੀ ਲੱਗਦਾ ਵੀ ਆਪਾਂ ਸਾਰੇ ਪੜ੍ਹ ਲਏ? ਸਾਧ ਸੰਗਤ ਜੀ, ਇੱਕ ਸ਼ਬਦ ਸੁਣੀਏ ਪੜ੍ਹੀਏ ਅਰਥਾਂ ਸਮੇਤ ਅਤੇ ਮਨ ਨਿਹਾਲ ਹੋ ਜਾਂਦਾ ਵੀ ਕਿੰਨੀਆਂ ਕਮਾਲ ਦੀਆਂ ਗੱਲਾਂ ਮਹਾਰਾਜ ਨੇ ਦੱਸੀਆਂ ਨੇ, ਜਿਹੜੀਆਂ ਅਸੀਂ ਸੋਚਣੀਆਂ ਨੇ ਸਾਡੇ ਤੋਂ ਪਹਿਲਾਂ ਹੀ ਮਹਾਰਾਜ ਨੇ ਉਹਨਾਂ ਦੇ ਹੱਲ ਦੱਸੇ ਹੋਏ ਨੇ। ਅਤੇ 6000 ਤੋਂ ਵੱਧ ਸ਼ਬਦ ਨੇ ਜੇ ਆਪਾਂ ਸੰਸਾਰੀ ਤੌਰ 'ਤੇ ਗਿਣਤੀ ਕਰ ਲਈਏ, ਅਤੇ ਤਾਂ ਵੀ ਵੱਧ ਸ਼ਬਦ ਨੇ, 6000 ਤੋਂ ਜ਼ਿਆਦਾ ਸ਼ਬਦ, ਸਲੋਕ, ਪੌੜੀਆਂ ਸਭ ਦੀ ਜੇ ਗਿਣਤੀ ਕਰ ਲਈਏ ਆਪਾਂ ਕਿੰਨੇ ਕੁ ਪੜ੍ਹੇ ਹੋਣਗੇ। 974 ਸ਼ਬਦ, ਸਲੋਕ, ਪੌੜੀਆਂ ਗੁਰੂ ਨਾਨਕ ਸਾਹਿਬ ਜੀ ਦੇ ਹਨ। ਇਕੱਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ 2200 ਤੋਂ ਵੱਧ ਹੋਣਗੇ। ਤੀਜਾ ਹਿੱਸਾ ਬਾਣੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਆਪਣੀ ਹੈ। ਖਜ਼ਾਨਾ ਏਡਾ ਵੱਡਾ ਪਰ ਨਿਮਰਤਾ ਕਿੰਨੀ, ਉਹ ਕਹਿੰਦੇ ਮੈਨੂੰ ਕੁਝ ਨਹੀਂ ਆਉਂਦਾ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਈ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਜੀਵੈ ਹਰਿ। ਆਖਿਆ ਵੀ ਮੈਂ ਤਾਂ ਨਿਰਗੁਣ ਯਾਰਾ, ਮੈਨੂੰ ਕੁਝ ਨਹੀਂ ਆਉਂਦਾ। ਏਡੀ ਵੱਡੀ ਨਿਮਰਤਾ, ਇਹ ਨਿਮਰਤਾ ਹੀ ਸਾਰੇ ਗੁਣਾਂ ਦਾ ਤੱਤ ਹੈ। ਮਿਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਜਿਵੇਂ ਮੀਂਹ ਪੈਂਦਾ ਅਤੇ ਨੀਵੇਂ ਥਾਂ 'ਤੇ ਪਾਣੀ ਆਪੇ ਹੀ ਆ ਜਾਂਦਾ ਸਾਰਾ, ਜਿਹਦੇ ਕੋਲ ਨਿਮਰਤਾ ਹੈ ਉਹਦੇ ਕੋਲ ਸਾਰਾ ਕੁਝ ਆ ਜਾਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਹਨ ਸਾਡਾ ਅਸਲੀ ਖਜ਼ਾਨਾ ਇਹ ਆ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈਂ ਖਰਚੈਂ ਰਲ ਮਿਲ ਭਾਈ, ਅਸੀਂ ਕਿਹੜਾ ਇਕੱਲੇ ਖਾਂਦੇ ਹਾਂ, ਅਸੀਂ ਸਾਰੀ ਦੁਨੀਆ ਨੂੰ ਕਹਿੰਦੇ ਆ ਜਾਓ ਨਾਲ ਸਾਰੇ ਆਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਖਜ਼ਾਨਾ ਅਸੀਂ ਸਾਰੀ ਦੁਨੀਆ ਨੂੰ ਸਾਂਝਾ ਹੀ ਕੀਤਾ ਹੋਇਆ ਵੀ ਆ ਜਾਓ ਸਾਰੇ ਸਾਰੇ ਇਸ ਖਜ਼ਾਨੇ ਦਾ ਹਿੱਸਾ ਲੈ ਲਓ। ਖਾਵੈਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਬਾਣੀ ਦਾ, ਇਹ ਨਾਮ ਦਾ, ਇਹ ਪਿਆਰ ਦਾ ਖਜ਼ਾਨਾ ਇਹ ਘੱਟਦਾ ਨਹੀਂ, ਇਹ ਸਗੋਂ ਹੋਰ ਵੱਧ ਜਾਂਦਾ ਜਿੰਨੇ ਜ਼ਿਆਦਾ ਭਾਈਵਾਲ ਆ ਜਾਣ। ਅਤੇ ਕਮਾਲ ਦੀ ਗੱਲ ਇਹ ਜੇ ਕਿ ਭਾਈਵਾਲ ਫਿਰ ਵੀ ਨਹੀਂ ਜੇ ਆਉਂਦੇ ਸਾਰੇ, ਇਹਦਾ ਭਾਈਵਾਲ ਕੌਣ ਬਣਦਾ? ਅਸੀਂ ਤਾਂ ਆਵਾਜ਼ ਖੁੱਲ੍ਹੀ ਦਿੱਤੀ ਆ ਵੀ ਸਾਰੇ ਹੀ ਆ ਜਾਓ, ਇਹ ਬਾਣੀ ਦਾ ਖਜ਼ਾਨਾ ਸਾਰਿਆਂ ਵਾਸਤੇ ਆ, ਸਾਰੇ ਹੀ ਆਓ, ਪੜ੍ਹੋ, ਇਹਦਾ ਆਨੰਦ ਲਓ, ਇਹਦਾ ਲਾਭ ਲਓ, ਇਸ ਖਜ਼ਾਨੇ 'ਚੋਂ ਤੁਸੀਂ ਵੀ ਮਾਣਕ ਮੋਤੀ ਆਪਦੇ ਹਿੱਸੇ ਦੇ ਚੁਗ ਲਓ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜੇ ਸਮਸਤਕ ਲੇਖ ਲਿਖਾਏ, ਜਿਹਦੇ ਮੱਥੇ 'ਤੇ ਲੇਖ ਲਿਖਾ ਕੇ ਜਿਹੜਾ ਆਇਆ ਇਹ ਖਜ਼ਾਨਾ ਉਹਨੂੰ ਹੀ ਮਿਲਣਾ। ਸਤਿਗੁਰ ਸਾਗਰ ਸੇਵਕੈ ਨਿਧ ਸਭਨਾ ਪਾਈ, ਬੇਮੁਖ ਹੱਥ ਕਬੂਟਿਆਂ ਤਿਸ ਦੋਸ਼ ਕਮਾਈ। ਕਹਿੰਦੇ ਗੁਰੂ ਸਾਗਰ ਹੈ ਜਿਹਨੇ ਚੁੱਭੀ ਲਾਈ ਮੋਤੀ ਲੈ ਆਇਆ, ਅਤੇ ਬੇਮੁੱਖ ਬੰਦਾ ਉਹ ਆ ਜਿਹੜਾ ਕੰਢੇ 'ਤੇ ਖਲੋਤਾ, ਅਤੇ ਉਹਨੇ ਫਿਰ ਕਿਨਾਰੇ ਤੋਂ ਕੀ ਇਕੱਠਾ ਕੀਤਾ? ਘੋਗੇ ਅਤੇ ਸਿੱਪੀਆਂ। ਸਮੁੰਦਰ ਦੇ ਵਿੱਚ ਉੱਪਰ ਉੱਪਰ ਤੈਰਦੇ ਮਿਲ ਜਾਣਗੇ ਤੁਹਾਨੂੰ ਘੋਗੇ ਅਤੇ ਸਿੱਪੀਆਂ। ਗੁਰੂ ਸਮੁੰਦਰ ਹੈ ਜਿਹਨੇ ਛਾਲ ਮਾਰੀ ਵਿੱਚ ਡੂੰਘਾ ਉਤਰਿਆ, ਉਹਨੂੰ ਤਾਂ ਮਿਲ ਗਏ ਮੋਤੀ, ਅਤੇ ਜਿਹੜਾ ਵਿਚਾਰਾ ਕੰਢੇ 'ਤੇ ਖਲੋਤਾ ਰਿਹਾ ਛਾਲ ਮਾਰਨ ਦੀ ਹਿੰਮਤ ਹੀ ਨਹੀਂ ਕੀਤੀ ਜਿਹਨੇ। ਸਤਿਗੁਰ ਸਾਗਰ ਸੇਵਕੈ ਨਿਧ ਸਭ ਨਾ ਪਾਈ, ਬੇਮੁੱਖ ਹੱਥ ਕਗੂਟਿਆਂ ਤਿਸ ਦੋਸ਼ ਕਮਾਈ।
ਜੇ ਤੂੰ ਘੋਗੇ ਸਿੱਪੀਆਂ ਚੱਕੀ ਫਿਰਦਾ ਹੈ, ਗੁਰੂ ਘਰ ਆ ਕੇ ਵੀ ਸਾਨੂੰ ਸਾਧ ਸੰਗਤ ਜੀ ਮਾਫ਼ ਕਰਨਾ, ਮਨੁੱਖ ਇੰਨਾ ਕੁ ਜ਼ਿਆਦਾ ਅੰਦਰੋਂ ਉਲਝਿਆ ਹੋਇਆ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਦੋਂ ਕਿਸੇ ਸਰੋਵਰ 'ਤੇ ਜਾ ਕੇ ਕੋਈ ਬੰਦਾ ਪਾਣੀ ਪੀਂਦਾ ਹੈ, ਪੁਰਾਣੇ ਜ਼ਮਾਨੇ 'ਚ ਲੋਕ ਸਰੋਵਰਾਂ ਤਲਾਬਾਂ ਦਾ ਪਾਣੀ ਪੀਂਦੇ ਸੀ। ਪੁਰਾਣੇ ਬਜ਼ੁਰਗ ਦੱਸਦੇ ਆ ਵੀ ਖੇਤਾਂ ਦੇ ਵਿੱਚ ਜਾਂ ਕਿਤੇ ਦੂਰ ਨੇੜੇ ਮੱਝਾਂ ਚਾਰਦਿਆਂ ਕਿਤੇ ਪਾਣੀ ਪੀਣਾ, ਪੁਰਾਣੇ ਜ਼ਮਾਨੇ 'ਚ ਅੱਜ ਵਰਗੇ ਤਲਾਬ ਗੰਦੇ ਨਹੀਂ ਸਨ। ਹੁਣ ਤਾਂ ਪਿੰਡ 'ਚ ਕੋਈ ਟੋਭਾ ਛੱਪੜ ਤਲਾਬ ਹੋਊਗਾ ਜਿਹਦਾ ਪਾਣੀ ਮਾੜਾ ਮੋਟਾ ਸਾਫ਼ ਦਿਸਦਾ, ਨਹੀਂ ਤਾਂ ਤਕਰੀਬਨ ਸਭ ਨਰਕ ਬਣੇ ਹੁੰਦੇ। ਪਰ ਪੁਰਾਣੇ ਜ਼ਮਾਨੇ 'ਚ ਇੱਦਾਂ ਨਹੀਂ ਸੀ, ਅੱਜ ਵਰਗੇ ਕੈਮੀਕਲ ਨਹੀਂ ਸੀ ਜਾਂਦੇ ਇਹਨਾਂ ਵਿੱਚ, ਅਤੇ ਕੁਦਰਤੀ ਬਰਸਾਤਾਂ ਦਾ ਪਾਣੀ ਜਿਹੜਾ ਸੀ ਉਹ ਸਟੋਰ ਹੁੰਦਾ ਸੀ, ਔਰ ਪਾਣੀ ਦੇ ਤਲਾਬ ਸਾਫ਼ ਵੀ ਹੁੰਦੇ ਸਨ। ਔਰ ਅੱਤ ਪੁਰਾਣੇ ਸਮੇਂ 'ਚ ਲੋਕ ਉਸੇ ਤਲਾਬ 'ਤੇ ਕੱਪੜਾ ਵਿਛਾ ਕੇ ਅਤੇ ਉਹਦੇ ਵਿੱਚੋਂ ਹੱਥ ਨਾਲ ਪਾਣੀ ਪੀ ਲੈਂਦੇ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਤੋਂ ਸਰੋਵਰ ਸਿਵਾਲ ਕੇ ਅਛਾਦਿਓ ਜਲ ਝੋਲ ਪੀਏ ਨਿਰਮਲ ਦੇਖੀਏ ਅਛੋਤ ਹੈ, ਕਿ ਪਾਣੀ ਦਾ ਜਿਹੜਾ ਤਲਾਬ ਹੈ ਉਹਦੇ 'ਤੇ ਜਾਲਾ ਹਰੀ ਹਰੀ ਕਾਈ ਦੀ ਜੰਮ ਜਾਂਦੀ ਹੈ, ਅਤੇ ਜਿਹਨੇ ਪਾਣੀ ਪੀਣਾ ਹੁੰਦਾ ਉਹ ਝੋਲ ਕੇ ਪੀਂਦਾ। ਝੋਲ ਕੇ ਪੀਣਾ ਕੀ ਹੁੰਦਾ ਵੀ ਪਾਣੀ ਦਾ ਬੁੱਕ ਬਣਾ ਕੇ ਥੋੜ੍ਹਾ ਜਿਹਾ ਡੂੰਘਾ ਲੈ ਜਾਂਦੇ ਪਾਣੀ 'ਚ, ਫਿਰ ਥੱਲਿਓਂ ਐਂ ਕਰਕੇ ਤਾਹਾਂ ਨੂੰ ਚੁੱਕਦੇ ਨੇ, ਉੱਤੇ ਵਾਲਾ ਪਾਣੀ ਪਾਸੇ ਹੋ ਜਾਂਦਾ ਅਤੇ ਨੀਚੇ ਵਾਲਾ ਥੋੜ੍ਹਾ ਜਿਹਾ ਸਾਫ਼ ਪਾਣੀ ਉੱਪਰ ਆ ਜਾਂਦਾ, ਅਤੇ ਉਹ ਪੀ ਲੈਂਦੇ ਸੀ। ਇਹਨੂੰ ਕਹਿੰਦੇ ਹੁੰਦੇ ਝੋਲ ਕੇ ਪੀਣਾ। ਅਤੇ ਜਿਹੜਾ ਬੰਦਾ ਜਾ ਕੇ ਉੱਪਰੋਂ ਹੀ ਦੇਖੇ ਵੀ ਲੈ ਇਹਦੇ 'ਤੇ ਤਾਂ ਕਾਈ ਜੰਮੀ ਹੋਈ ਆ ਤਾਂ ਪਾਣੀ ਬਹੁਤ ਗੰਦਾ ਹੈ, ਵੀ ਤੈਨੂੰ ਉੱਪਰੋਂ ਗੰਦਾ ਦਿਸਿਆ ਹੈ ਅਤੇ ਥੋੜ੍ਹਾ ਜਿਹਾ ਜੇ ਪਾਸੇ ਆਸੇ ਕਰ ਲੈ, ਕਾਈ ਨੂੰ ਤੂੰ ਇਗਨੋਰ ਕਰ ਦੇ ਅਤੇ ਪਾਣੀ ਵੀ ਤੇਰੇ ਪੀਣ ਯੋਗਾ ਇੱਥੇ ਹੈਗਾ। ਜਿਸ ਇਨਸਾਨ ਨੇ ਨੁਕਸ ਲੱਭਣੇ ਨੇ ਉਹਨੇ ਚੰਗੇ ਤੋਂ ਚੰਗੇ ਪ੍ਰਬੰਧ ਵਿੱਚ ਵੀ ਲੱਭ ਦੇਣੇ ਹਨ, ਅਤੇ ਜਿਹਨੇ ਸਮਝਣਾ ਕਿ ਮੇਰਾ ਘਰ ਆ, ਮੇਰਾ ਪਰਿਵਾਰ ਆ, ਮੈਂ ਗੁਰੂ ਦੇ ਦਰ 'ਤੇ ਆਇਆ, ਮੈਂ ਕੋਈ ਨਾਨਕੇ ਦਾਦਕੇ ਜਾਂ ਕਿਤੇ ਵਿਆਹ 'ਚ ਨਹੀਂ ਆਇਆ ਸਾਧ ਸੰਗਤ ਜੀ, ਉਹ ਬੰਦਾ ਔਖ ਸੌਖ ਚੱਲ ਜਾਂਦਾ। ਸੰਗਤ ਰੱਬ ਰੂਪ ਹੈ, ਇਨਸਾਨ ਆਪ ਤੰਗੀ ਸਹਿ ਕੇ ਦੂਜੇ ਦੇ ਭਲੇ ਲਈ ਸੋਚਣ ਲੱਗ ਜਾਵੇ, ਵੱਡੀਆਂ ਵੱਡੀਆਂ ਭੀੜਾਂ ਦੇ ਵਿੱਚ ਵੀ ਕੋਈ ਹਾਦਸਾ ਨਹੀਂ ਵਾਪਰਦਾ। ਸਾਡੇ ਗੁਰੂ ਘਰਾਂ ਦੇ ਕਿੱਡੇ ਕਿੱਡੇ ਵੱਡੇ ਇਕੱਠ ਹੋ ਜਾਂਦੇ ਨੇ, ਅਤੇ ਹਰ ਬੰਦਾ ਜੇ ਮੰਨ ਲਵੇ ਕਿ ਸੰਗਤ ਰੱਬ ਰੂਪ ਹੈ, ਹਰ ਮਨੁੱਖ ਦੂਜੇ ਮਨੁੱਖ ਨੂੰ ਗੁਰੂ ਦਾ ਰੂਪ ਜਾਣ ਕੇ ਵਿਚਰੇ, ਤਾਂ ਉੱਥੇ ਕਿੰਨੇ ਵਧੀਆ ਕਾਰਜ ਨਿਪਟੇ ਚੜ੍ਹ ਜਾਂਦੇ ਨੇ, ਸਿਰੇ ਚੜ੍ਹ ਜਾਂਦੇ ਨੇ। ਦੂਜੇ ਪਾਸੇ ਦੁਨੀਆ, ਬਾਕੀ ਦੁਨੀਆ 'ਚ ਤੁਸੀਂ ਦੇਖੋ, ਕਈਆਂ ਥਾਵਾਂ ਦੇ ਉੱਤੇ ਤੁਸੀਂ ਹੈਰਾਨ ਹੋਵੋਗੇ, ਸਾਡੇ ਜੋੜ ਮੇਲਿਆਂ ਗੁਰਪੁਰਬਾਂ ਨਾਲੋਂ ਕਿਤੇ ਛੋਟੇ ਇਕੱਠ ਹੋਣਗੇ। ਇੱਥੋਂ ਤੱਕ ਕਿ ਬਾਹਰਲੇ ਮੁਲਕਾਂ 'ਚ ਤਾਂ ਕਿਤੇ ਫੁੱਟਬਾਲ ਦਾ ਮੈਚ ਹੋ ਕੇ ਹਟਿਆ ਹੋਵੇ ਤਾਂ ਉਦੋਂ ਬਾਅਦ ਵੀ ਉਹਨਾਂ ਦੇ ਦੰਗੇ ਭੜਕ ਜਾਂਦੇ ਨੇ, ਆਪਾਂ ਭਾਵੇਂ ਉਹਨਾਂ ਨੂੰ ਪੜ੍ਹੇ ਲਿਖੇ ਮੁਲਕ ਮੰਨਦੇ ਹਾਂ। ਭਗਦੜ ਮੱਚ ਗਈ ਜੀ, ਐਂ ਹੋ ਗਿਆ, ਐਂ ਹੋ ਗਿਆ। ਇਹ ਗੁਰੂ ਸਾਹਿਬਾਨ ਨੇ ਜਿਹੜਾ ਕਨਸੈਪਟ ਦਿੱਤਾ ਨਾ ਵੀ ਸਾਰੀ ਸੰਗਤ 'ਚ ਰੱਬ ਆ, ਇਹ ਹਰ ਥਾਂ 'ਤੇ ਹੀ ਕਹਿ ਲਓ ਕਿ ਪੈਜ ਰੱਖਦਾ। ਜਿੰਨਾ ਚਿਰ ਅਸੀਂ ਸਾਰੀ ਸੰਗਤ ਵਿੱਚ ਰੱਬ ਦਾ ਰੂਪ ਨਹੀਂ ਮੰਨਦੇ, ਆਪਸ ਵਿੱਚ ਜਿੰਨਾ ਪ੍ਰੇਮ ਪਿਆਰ ਨਾਲ ਨਹੀਂ ਰਹਿੰਦੇ, ਤਦ ਤੱਕ ਕੋਈ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਸੰਸਾਰ ਦੇ ਅੰਦਰ, ਦੁਨੀਆਂ ਦੇ ਅੰਦਰ ਰੱਬ ਦੀ ਜੇ ਕੋਈ ਸ਼ਕਲੋ ਸੂਰਤ ਹੈ ਤਾਂ ਉਹ ਪ੍ਰੇਮ ਹੈ। ਜਾਪ ਸਾਹਿਬ ਨੂੰ ਪੜ੍ਹੋ, ਉੱਥੇ ਲਿਖਿਆ ਨਾਮ ਠਾਮ ਨਾ ਜਾਤ ਜਾਕਰ, ਰੱਬ ਦਾ ਨਾਂ 'ਤੇ ਕੋਈ ਨਾਂ ਆ, ਨਾ ਉਹਦਾ ਕੋਈ ਸਪੈਸ਼ਲ ਥਾਂ ਆ, ਨਾ ਉਹਦੀ ਕੋਈ ਜਾਤ ਆ, ਨਾ ਉਹਦਾ ਕੋਈ ਰੂਪ ਆ, ਨਾ ਕੋਈ ਰੇਖ ਆ, ਨਾ ਰੰਗ ਆ, ਨਾ ਚਿੱਤਰ ਆ, ਨਾ ਸ਼ਕਲ ਹੈ। ਰੱਬ ਕੀ ਆ? ਨਾਮ ਠਾਮ ਨਾ ਜਾਤ ਜਾਕਰ, ਰੂਪ ਰੰਗ ਨਾ ਰੇਖ, ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ, ਦੇਸ ਔਰ ਨਾ ਭੇਸ ਜਾਕਰ, ਉਹਦਾ ਕੋਈ ਦੇਸ ਨਹੀਂ, ਉਹਦਾ ਕੋਈ ਭੇਸ ਨਹੀਂ, ਦੇਸ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜੇ ਤੁਸੀਂ ਪੁੱਛੋ ਰੱਬ ਕੀ ਆ, ਤਾਂ ਉਹ ਕਹਿੰਦੇ ਵੀ ਇੱਧਰ ਉੱਧਰ ਜਿੱਥੇ ਕਿੱਥੇ ਹਰ ਦਿਸ਼ਾ ਹਰ ਖੁੰਝੇ ਵਿੱਚ ਉਹ ਫੈਲਿਆ ਹੈ,
ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਮਤਲਬ ਹੁੰਦਾ ਪ੍ਰੇਮ। ਅਸੀਂ ਮੋਹ ਦੇ ਚਿੱਕੜ 'ਚ ਫਸੇ ਹਾਂ, ਮੋਹ ਨੂੰ ਪ੍ਰੇਮ ਸਮਝੀ ਬੈਠੇ ਹਾਂ। ਮੋਹ ਚਿੱਕੜ ਹੈ, ਪ੍ਰੇਮ ਪਰਮੇਸ਼ਰ ਹੈ। ਪ੍ਰੇਮ ਪੂਰੀ ਮਾਨਵਤਾ ਨਾਲ ਹੈ, ਪ੍ਰੇਮ ਸੱਚਾਈ ਨਾਲ ਹੈ, ਪ੍ਰੇਮ ਉਸ ਅਕਾਲ ਪੁਰਖ ਦੀ ਜੋਤ ਨਾਲ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਮਹਾਰਾਜ ਕਹਿੰਦੇ ਅਸੀਂ ਆਪਣਾ ਖਜ਼ਾਨਾ, ਇਹ ਬਾਣੀ ਦਾ ਖਜ਼ਾਨਾ ਸਾਰੀ ਦੁਨੀਆ ਲਈ ਖੁੱਲ੍ਹਾ ਛੱਡ ਦਿੱਤਾ ਹੈ, ਜਿਹੜਾ ਮਰਜ਼ੀ ਆਵੇ ਖਾਵੇ, ਖਰਚੇ ਰਲ ਮਿਲ ਭਾਈ। ਅਸੀਂ ਇਕੱਲੇ ਨਹੀਂ ਖਾਂਦੇ, ਅਸੀਂ ਤਾਂ ਰਲ ਮਿਲ ਕੇ ਖਾਂਦੇ ਹਾਂ। ਇਹ ਬਾਣੀ ਦਾ ਖਜ਼ਾਨਾ ਸਾਡੇ ਪਿਓ ਦਾਦਿਆਂ ਨੇ ਦਿੱਤਾ, ਇਹ ਹੀਰੇ ਲਾਲ ਰਤਨ ਜਵਾਹਰ ਮਾਣਕ ਨੇ। ਅਸੀਂ ਸਾਰੀ ਦੁਨੀਆ ਨੂੰ ਕਹਿੰਦੇ ਆਓ ਤੁਸੀਂ ਵੀ ਕੀਰਤਨ ਸੁਣੋ, ਰੱਬ ਦੀ ਸਿਫਤ ਕਰੋ, ਗਾਓ। ਅਸੀਂ ਬੜੇ ਅਮੀਰ ਹਾਂ, ਸਾਡੇ ਕੋਲ ਗੁਰਬਾਣੀ ਆ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਹੜਾ ਜਿਹੜਾ ਬੰਦਾ ਧੁਰੋਂ ਮੱਥੇ 'ਤੇ ਲਿਖਾ ਕੇ ਲਿਆਇਆ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸਾਡੇ ਵੱਲੋਂ ਕੋਈ ਨਾਂ ਨਹੀਂ, ਹਾਂ ਉਹਦੇ ਭਾਗਾਂ 'ਚ ਲਿਖਿਆ ਹੋਵੇ ਤਾਂ ਉਹਨੂੰ ਜ਼ਰੂਰ ਮਿਲੂਗਾ। ਜੇ ਕਿਸੇ ਨੂੰ ਗੁਰਬਾਣੀ ਦਾ ਖਜ਼ਾਨਾ ਨਹੀਂ ਮਿਲਿਆ ਤਾਂ ਉਹਦੇ ਮੱਥੇ 'ਤੇ ਹੋ ਸਕਦਾ ਨਾਂ ਲਿਖਿਆ ਹੋਵੇ। ਅਸੀਂ ਨਾਂ ਨਹੀਂ ਕਿਸੇ ਨੂੰ ਕੀਤੀ, ਅਸੀਂ ਸਾਰਿਆਂ ਨੂੰ ਆਵਾਜ਼ ਮਾਰੀ ਹੈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਜਿਹੜਾ ਜਿਹੜਾ ਮੱਥੇ 'ਤੇ ਜਿਹੜਾ ਵੀ ਲਿਖਾ ਕੇ ਲਿਆਇਆ ਹੈ, ਸੋ ਇਹ ਤਾਂ ਖਜ਼ਾਨਾ ਲਿਆ ਰਲਾਏ। ਅਸੀਂ ਉਹਨੂੰ ਆਪਦੇ ਨਾਲ ਰਲਾ ਲਿਆ ਵੀ ਆ ਜਾ ਭਾਈ, ਇਹ ਬਾਣੀ ਦਾ ਖਜ਼ਾਨਾ ਇਹ ਤੈਨੂੰ ਵੀ ਦਿੱਤਾ। ਕਬੀਰ ਸਾਹਿਬ ਕੋਲ ਜਿਹੜਾ ਆਉਂਦਾ ਸੀ ਉਹਦੇ ਵੀ ਗੱਲ 'ਚ ਪੋਥੀ ਪਾ ਕੇ ਤੋਰ ਦਿੰਦੇ ਸੀ। ਮੂੰਡ ਪਲੋਸ ਕਮਰਬੰਦ ਪੋਥੀ, ਕਬੀਰ ਦੀ ਮਾਤਾ ਕਹਿੰਦੀ ਹੈ ਵੀ ਸਾਨੂੰ ਕਹਿੰਦੇ ਪਰਾਲੀ 'ਤੇ ਸੌਂ ਜਾਓ, ਉਹਨਾਂ ਨੂੰ ਤਲਾਈਆਂ ਵਿਛਾਉਂਦੇ ਆ, ਸਾਨੂੰ ਕਹਿੰਦੇ ਦਾਣੇ ਦੁਣੇ ਚੱਬ ਲਓ, ਅਤੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਵਧੀਆ ਰੋਟੀ ਖਵਾਓ। ਹਮ ਕੋ ਸਾਥਰ ਉਹਨ ਕੋ ਖਾਟ, ਉਹਨਾਂ ਨੂੰ ਮੰਜੇ ਦੇ ਦਿੰਦੇ ਨੇ, ਸਾਨੂੰ ਕਹਿੰਦੇ ਪਰਾਲੀ 'ਤੇ ਸੌਂ ਜਾਓ। ਘਰਦਿਆਂ ਨੂੰ, ਆਪਾਂ ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦੇ, ਪ੍ਰਾਹੁਣੇ ਆਉਂਦੇ, ਆਪਾਂ ਵੀ ਤਾਂ ਇੱਦਾਂ ਕਰਦੇ ਹਾਂ ਨਾ ਕਈ ਵਾਰੀ। ਆ ਹੋਲੇ ਮਹੱਲੇ ਦੇ ਸਮੇਂ ਕਿੰਨੇ ਘਰਾਂ ਪਰਿਵਾਰਾਂ 'ਚ ਰਿਸ਼ਤੇਦਾਰਾਂ ਨੇ ਸਭ ਨੇ ਆਉਣਾ, ਫਿਰ ਉਹ ਥੱਲੇ ਗੱਦੇ ਸੁੱਟ ਲਈਦੇ ਆ, ਅਤੇ ਰਿਸ਼ਤੇਦਾਰਾਂ ਨੂੰ ਕਈ ਵਾਰੀ ਆਖੀਦਾ ਵੀ ਤੁਸੀਂ ਉੱਪਰ ਬੈੱਡਾਂ 'ਤੇ ਪੈ ਜਾਓ, ਸੌਂ ਜਾਓ, ਅਤੇ ਆਪਾਂ ਥੱਲੇ ਗੱਦੇ ਲਾ ਲੈਂਦੇ। ਆਪਣੇ ਘਰਾਂ 'ਚ ਵੀ ਇੱਦਾਂ ਹੁੰਦਾ, ਔਰ ਕਬੀਰ ਸਾਹਿਬ ਇੱਦਾਂ ਹੀ ਕਰਦੇ ਸੀ। ਆਪ ਕਹਿੰਦੇ ਕੋਈ ਨਹੀਂ, ਆਪਾਂ ਘਰੇ ਰੁੱਖਾ ਮਿੱਸਾ ਖਾ ਲਾਂਗੇ, ਜਿਹੜੇ ਗੁਰੂ ਕੇ ਗੁਰਮੁਖ ਪਿਆਰੇ ਆਏ ਨੇ ਉਹਨਾਂ ਨੂੰ ਆਪਾਂ ਵਧੀਆ ਪ੍ਰਸ਼ਾਦਾ ਛਕਾਉਣਾ, ਅਤੇ ਉਹਨਾਂ ਨੂੰ ਫਿਰ ਉਹਨਾਂ ਨੇ ਵਧੀਆ ਮੰਜਿਆਂ 'ਤੇ ਸਵਾਉਣਾ। ਅਤੇ ਮਾਤਾ ਜੀ ਦਾ ਇਤਰਾਜ਼ ਵੀ ਕਬੀਰ ਸਾਹਿਬ ਨੇ ਲਿਖਿਆ, ਹਮ ਕੋ ਸਾਥਰ, ਪਰਾਲੀ ਦਾ ਸੱਥਰ ਵਿਛਾਉਣਾ ਥੱਲੇ, ਹਮ ਕੋ ਸਾਥਰ ਉਨ ਕੋ ਖਾਟ, ਉਹਨਾਂ ਨੂੰ ਮੰਜੇ। ਮੂੰਡ ਪਲੋਸ ਕਮਰਬੰਦ ਪੋਥੀ, ਹਮ ਕੋ ਚਾਬਨ ਉਨ ਕੋ ਰੋਟੀ, ਉਹਨਾਂ ਨੂੰ ਰੋਟੀ ਖਵਾਉਂਦੇ ਨੇ, ਸਾਨੂੰ ਕਹਿੰਦੇ ਨੇ ਕਿ ਤੁਸੀਂ ਦਾਣੇ ਚੱਬ ਲਓ, ਕੋਈ ਗੱਲ ਨਹੀਂ, ਗੁਜ਼ਾਰਾ ਕਰ ਲਓ ਅੱਜ ਦਾ ਦਿਨ। ਅਤੇ ਪੋਥੀ ਬੰਨ੍ਹ ਕੇ ਨਾਲ ਤੋਰ ਦਿੰਦੇ ਨੇ ਵੀ ਆਹ ਲਓ ਪੜ੍ਹਿਆ ਕਰੋ, ਸ਼ਬਦ 'ਤੇ ਗਾਂ, ਤੁਸੀਂ ਵੀ ਕੀਰਤਨ ਕਰਨਾ ਅਤੇ ਸੰਗਤ ਕਰਨੀ। ਕਬੀਰ ਸਾਹਿਬ ਨੇ ਕਿੰਨੀ ਵੱਡੀ ਘਾਲਣਾ ਘਾਲੀ ਆ, ਉਹਨਾਂ ਨੇ ਹਰ ਵੇਲੇ ਉਹਨਾਂ ਦੇ ਘਰੇ ਸੰਗਤ, ਕਹਿੰਦੇ ਇੱਕ ਦੋ ਮੰਦਰ, ਇੱਕ ਦੋ ਵਾਟ, ਇੱਕ ਦੋ ਇੱਥੇ ਬੈਠੇ ਆ, ਇੱਕ ਦੋ ਪਿੱਛੇ ਤੁਰੇ ਆਉਂਦੇ, ਇਹ ਚੱਲ ਜਾਣਗੇ, ਉਹ ਆ ਜਾਣਗੇ, ਉਹ ਚੱਲ ਜਾਣਗੇ ਅਤੇ ਦੋ ਹੋਰ ਆ ਜਾਣਗੇ। ਕਬੀਰ ਸਾਹਿਬ ਦੇ ਘਰੇ ਸਤਸੰਗ ਲੱਗਾ ਹੀ ਰਹਿੰਦਾ ਸੀ। ਇੱਕ ਦੋ ਮੰਦਰ, ਇੱਕ ਦੋ ਵਾਟ, ਇੱਕ ਹਮ ਕੋ ਸਾਥਰ ਉਨ ਕੋ ਖਾਟ, ਮੂੰਡ ਪਲੋਸ ਕਮਰਬੰਦ ਪੋਥੀ, ਸਿਰ 'ਤੇ ਆਸ਼ੀਰਵਾਦ ਦਿੰਦੇ ਆ, ਨਾਲ ਪੋਥੀ ਦੇ ਦਿੰਦੇ ਆ ਵੀ ਲਓ ਜੀ ਹੁਣ ਇਹਦਾ ਪ੍ਰਚਾਰ ਕਰੋ।
ਮੂੰਡ ਪਲੋਸ ਕਮਰ ਬੰਦ ਪੋਥੀ ਹਮ ਕੋ ਚਾਬਨ ਉਨ ਕੋ ਰੋਟੀ। ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਨੇ ਤੰਗੀਆਂ ਕੱਟੀਆਂ ਨੇ, ਗਰੀਬੀ ਵੇਖੀ ਹੈ, ਪਰ ਉਹਨਾਂ ਨੇ ਰੱਬ ਦੇ ਨਾਮ ਦੇ ਖਜ਼ਾਨੇ ਦੇ ਖੁੱਲ੍ਹੇ ਗੱਫੇ ਵਰਤਾਏ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਭਾਈ ਗੁਰਦਾਸ ਆਏ ਨੇ, ਉਹ ਕਹਿੰਦੇ ਨੇ ਕਿ ਲੰਗਰ ਦਾ ਮਹਾਰਾਜ ਇਹ ਕੀ ਹਾਲ ਹੋਇਆ ਹੈ ਕਿ ਕੇਵਲ ਚਣੇ ਖਾ ਕੇ ਪਾਣੀ ਪੀਓ, ਇਹ ਲੰਗਰ ਇੱਥੋਂ ਤੱਕ ਪੁੱਜ ਗਿਆ। ਗੁਰੂ ਮਹਾਰਾਜ ਨੇ ਆਖਿਆ, ਸਾਡਾ ਅਸਲੀ ਖਜ਼ਾਨਾ ਗੁਰੂ ਦੀ ਬਾਣੀ ਹੈ, ਰੱਬ ਦਾ ਨਾਮ ਹੈ। ਇਲਾਕੇ ਦਾ ਹਾਕਮ ਕਰਮਦੀਨ ਸੀ, ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਨਹੀਂ ਨਾ ਹੋਇਆ, ਗੁਰੂ ਅਰਜਨ ਦੇਵ ਜੀ ਨੇ ਕਿਸੇ ਲੜਾਈ ਦਾ, ਕਿਸੇ ਜੰਗ ਦਾ ਉਦਾਂ ਦਾ ਜਵਾਬ ਨਹੀਂ ਦਿੱਤਾ ਜਿਵੇਂ ਦਾ ਦੇਣਾ ਚਾਹੀਦਾ। ਹਰ ਲੜਾਈ ਨੂੰ ਟਾਲਿਆ, ਹਰ ਲੜਾਈ ਨੂੰ ਟਾਲਿਆ। ਕਰਮਦੀਨ ਇਲਾਕੇ ਦਾ ਸਰਵਰੀਆਂ ਦਾ ਚੇਲਾ, ਅੱਜ ਇਹਨੂੰ ਲਾਲਾਂ ਵਾਲਾ ਪੀਰ ਕਹਿੰਦੇ ਆ, ਇਹਨੂੰ ਸਖੀ ਸਰਵਰ ਕਹਿੰਦੇ ਆ। ਇਹਨਾਂ ਦਾ ਇੱਕ ਬੜਾ ਵੱਡਾ ਪੰਥ ਸੀ ਉਸ ਵੇਲੇ ਪੂਰੇ ਪੰਜਾਬ 'ਚ, ਔਰ ਇਹਨਾਂ ਦੀ ਬਹੁਤ ਵੱਡੀ ਗੱਦੀ ਸੀ ਪੱਖੋ ਕੇ ਨਗਰ, ਜਿਹੜੀ ਸ਼ੇਖ ਫਤਿਹ ਵਾਲੀ ਗੱਦੀ ਹੈ, ਤਰਨ ਤਾਰਨ ਤੋਂ 5 ਮੀਲਾਂ ਦੀ ਦੂਰੀ 'ਤੇ ਆ। ਉਹਨਾਂ ਦਾ ਜੋ ਹਾ ਸ਼ਰਧਾਲੂ ਸੀ ਉਹ ਤਰਨ ਤਾਰਨ ਦੇ ਬਿਲਕੁਲ ਨੇੜੇ ਨੂਰਦੀਨ ਸੀ, ਨੂਰਦੀਨ ਦਾ ਪੁੱਤਰ ਕਰਮਦੀਨ ਸੀ। ਕਰਮਦੀਨ ਨੇ ਗੁਰੂ ਘਰ ਨੂੰ ਆਪਣਾ ਦੁਸ਼ਮਣ ਮੰਨਦੇ ਹੋਏ ਵੀ ਅਸੀਂ ਤਾਂ ਹਿੰਦੂਆਂ ਤੋਂ ਮੁਸਲਮਾਨ ਬਣਾ ਰਹੇ ਹਾਂ, ਇਹ ਸਭ ਹਿੰਦੂ ਮੁਸਲਮਾਨ ਗੁਰੂ ਕੋਲ ਜਾ ਕੇ ਸਿੱਖ ਬਣੀ ਜਾ ਰਹੇ ਹਨ। ਕਰਮਦੀਨ ਨੇ ਹਮਲਾ ਕੀਤਾ ਔਰ ਤਰਨ ਤਾਰਨ ਨੂੰ ਲੁੱਟ ਲਿਆ। ਸਿੱਖ ਸੰਗਤਾਂ ਨੇ ਇੱਟਾਂ ਪਕਾਈਆਂ ਸੀ ਸਰੋਵਰ ਨੂੰ ਪੱਕਾ ਕਰਨ ਵਾਸਤੇ। ਉਹ ਜਿਹੜਾ ਸਰੋਵਰ ਸੀ ਉਹਦੇ ਲਈ ਜਿੰਨੀਆਂ ਇੱਟਾਂ ਤਿਆਰ ਹੋਈਆਂ ਸੀ ਉਹ ਇੱਟਾਂ ਬੜੀਆਂ ਕੀਮਤੀ ਸਨ, ਮਿਹਨਤ ਨਾਲ ਬਣਾਈਆਂ ਸਨ, ਪਰ ਕਰਮਦੀਨ ਨੇ ਹੱਲਾ ਕੀਤਾ, ਲੁੱਟਮਾਰ ਕੀਤੀ ਅਤੇ ਉਹਨੇ ਇੱਟਾਂ ਵੀ ਨਹੀਂ ਛੱਡੀਆਂ, ਇੱਟਾਂ ਵੀ ਲੈ ਗਿਆ। ਉੱਥੋਂ 5-7 ਕਿਲੋਮੀਟਰ ਹੀ ਦੂਰ ਹੈ, ਜ਼ਿਆਦਾ ਦੂਰ ਨਹੀਂ, ਨੂਰਦੀਨ, ਜਿੱਥੇ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਜੀ ਲੜੇ ਆ। ਨੂਰਦੀਨ ਦੇ ਨਾਂ 'ਤੇ ਉਹਨੇ ਆਪਦੇ ਪਿਓ ਦੇ ਨਾਂ 'ਤੇ ਸਰਾਂ ਬਣਾਈ, ਉਹਨੂੰ ਨੂਰਦੀਨ ਦੀ ਸਰਾਂ ਕਹਿੰਦੇ ਆ, ਸਰਾਏ ਨੂਰਦੀਨ। ਸਰੋਵਰ ਦੀਆਂ ਇੱਟਾਂ ਉਹਨੇ ਉਹਨੂੰ ਲਾ ਲਈਆਂ। ਹੁਣ ਜੇ ਸਿੱਖ ਚਾਹੁੰਦੇ ਤਾਂ ਜਵਾਬ ਦੇ ਸਕਦੇ ਸੀ। ਚੌਧਰੀ ਲੰਗਾਹ ਵਰਗੇ ਮਹਾਰਾਜ ਦੇ ਕਿੱਡੇ ਸੂਰਬੀਰ ਸਿੱਖ ਵੀ ਸਨ, ਬਿਧੀ ਚੰਦ ਵਰਗੇ ਵੀ ਉਹਨਾਂ ਦੀ ਸੇਵਾ 'ਚ ਸਨ, ਪਰ ਮਹਾਰਾਜ ਨੇ ਕਿਹਾ ਨਹੀਂ, ਜੰਗਾਂ ਯੁੱਧਾਂ ਦਾ ਸਮਾਂ ਵੀ ਆਏਗਾ, ਪਰ ਜਦੋਂ ਆਏਗਾ ਉਦੋਂ ਆਏਗਾ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਤਿਆਰ ਹੋਇਆ, ਸੱਚੇ ਪਾਤਸ਼ਾਹ ਨੇ ਹਰ ਜੰਗ ਨੂੰ ਟਾਲ ਦਿੱਤਾ, ਆਖਿਆ ਵਾਹਿਗੁਰੂ 'ਤੇ ਛੱਡ ਦਿਓ। ਧਿਆਨ ਨਾਲ ਸਮਝਣਾ ਇਸ ਗੱਲ ਨੂੰ। ਜਦੋਂ ਸਿੱਖ ਸੰਗਤਾਂ ਨੇ ਆਖਿਆ ਮਹਾਰਾਜ ਸਾਡੀਆਂ ਇੱਟਾਂ, ਮਹਾਰਾਜ ਨੇ ਕਿਹਾ ਸਾਡੀਆਂ ਨੇ, ਇਹ ਸਾਡੇ ਕੋਲ ਆਉਣਗੀਆਂ। ਉਹ ਸਮਾਂ ਲੰਘ ਗਿਆ, 5ਵੇਂ ਪਾਤਸ਼ਾਹ ਸ਼ਹੀਦ ਹੋ ਗਏ, 6ਵੇਂ ਪਾਤਸ਼ਾਹ ਦਾ ਸਮਾਂ ਆਇਆ, 4 ਜੰਗ ਜਿੱਤੇ, ਫਿਰ 7ਵੇਂ, 8ਵੇਂ, 9ਵੇਂ ਪਾਤਸ਼ਾਹ ਦਾ ਸਮਾਂ, ਫਿਰ 10ਵੇਂ ਪਾਤਸ਼ਾਹ ਦਾ ਸਮਾਂ, ਫਿਰ ਬੰਦੇ ਬਹਾਦਰ ਦਾ ਸਮਾਂ, ਫਿਰ ਨਵਾਬ ਕਪੂਰ ਸਿੰਘ ਦੀਵਾਨ ਦਰਬਾਰਾ ਸਿੰਘ ਦਾ ਸਮਾਂ, ਫਿਰ ਜੱਸਾ ਸਿੰਘ ਆਹਲੂਵਾਲੀਆ ਦਾ ਸਮਾਂ। ਸਾਧ ਸੰਗਤ ਜੀ, 175 ਸਾਲਾਂ ਬਾਅਦ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰਦੀਨ ਦੀ ਸਰਾਂ 'ਤੇ ਹੱਲਾ ਕੀਤਾ, ਸਾਰੀਆਂ ਇੱਟਾਂ ਦੇੜ ਕੇ ਵਾਪਸ ਸਰੋਵਰ ਨੂੰ ਲਾਈਆਂ, ਔਰ ਸਰੋਵਰ ਉਦੋਂ ਤੱਕ ਅੱਜ ਕੱਚਾ ਹੀ ਸੀ ਕਿਨਾਰਿਆਂ ਤੋਂ। ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ ਭਾਈ ਬੁੱਧ ਸਿੰਘ ਫੈਜ਼ਲਪੁਰੀਏ ਨੇ ਉਹ ਨੂਰਦੀਨ ਦੀ ਸਰਾਂ ਦੀਆਂ ਇੱਟਾਂ ਦੁਬਾਰਾ ਦੇੜ ਕੇ ਫਿਰ ਸਰੋਵਰ ਨੂੰ ਲਾਈਆਂ ਕਿ ਸਾਡੀਆਂ ਨੇ ਸਾਡੇ ਕੋਲ ਆਉਣਗੀਆਂ। ਅਤੇ ਕਿੰਨੇ 225 ਸਾਲਾਂ ਬਾਅਦ, 175 ਸਾਲਾਂ ਬਾਅਦ ਉਹ ਇੱਟਾਂ ਵਾਪਸ ਫਿਰ ਸਰੋਵਰ ਤਰਨ ਤਾਰਨ ਨੂੰ ਲੱਗੀਆਂ। ਸਮਝਣ ਵਾਲੀ ਗੱਲ ਕੀ ਹੈ? ਗੁਰੂ ਸਾਹਿਬ ਜੀ ਨੇ ਕਿਹਾ ਸਾਡਾ ਅਸਲੀ ਖਜ਼ਾਨਾ ਗੁਰਬਾਣੀ ਹੈ। ਘੱਲੂ ਘਾਰੇ 'ਚ 30,000 ਸਿੱਖ ਸ਼ਹੀਦ ਹੋ ਗਿਆ, ਅਤੇ ਕਹਿੰਦੇ ਸਭ ਤੋਂ ਜ਼ਿਆਦਾ ਸ਼ਹੀਦ ਉੱਥੇ ਹੋਏ ਜਿਹੜੇ ਗੱਡੇ 'ਤੇ ਮਹਾਰਾਜ ਦੇ ਸਰੂਪ ਦੀ ਸਵਾਰਾ ਸਾਹਿਬ ਸੀ, ਗੁਰਬਾਣੀ ਦੀ
ਪ੍ਰਕਾਸ਼ਮਾਨ ਸੀ, ਸਤਿਗੁਰਾਂ ਦਾ ਸਰੂਪ ਸੀ। ਸਾਡਾ ਅਸਲੀ ਖਜ਼ਾਨਾ ਗੁਰਬਾਣੀ ਹੈ। ਇਸ ਗੁਰਬਾਣੀ ਨੂੰ, ਇਸ ਗ੍ਰੰਥ ਦੀ ਰਚਨਾ ਨੂੰ, ਇਸ ਰੂਪ ਨੂੰ, ਪਾਵਨ ਪਵਿੱਤਰ ਬਾਣੀ ਨੂੰ ਬਚਾਉਣ ਲਈ ਬੇਅੰਤ ਸਿੱਖਾਂ ਨੇ ਆਪਦੇ ਸਰੀਰ ਚਰਵਾਏ ਆ, ਜੰਗਲਾਂ 'ਚ ਰਹੇ ਨੇ। ਸੋਚ ਕੇ ਦੇਖੋ, ਬਾਰਿਸ਼ ਵੀ ਆਉਂਦੀ ਹੈ, ਠੰਡ ਵੀ ਪੈਂਦੀ, ਧੁੰਦ ਵੀ ਹੁੰਦੀ, ਗਰਮੀ ਵੀ ਹੁੰਦੀ, ਅੱਗਾਂ ਵੀ ਲੱਗਦੀਆਂ, ਮੀਂਹ ਵੀ ਪੈਂਦਾ ਹੈ, ਮੌਸਮ ਦੀ ਮਾਰ ਵੀ ਪੈਂਦੀ ਹੈ, ਕਾਗਜ਼ ਦੀ ਆਪਣੀ ਮਿਆਦ ਵੀ ਹੁੰਦੀ ਆ, ਸਿਉਂਕ ਵੀ ਲੱਗਦੀ ਆ। ਗੁਰੂ ਕੇ ਸਿੱਖਾਂ ਨੇ ਘਰ ਘਾਟ ਛੱਡ ਕੇ ਜੰਗਲਾਂ, ਪਹਾੜਾਂ, ਬੇਲਿਆਂ, ਮਾਰੂਥਲਾਂ 'ਚ ਟਾਈਮ ਕੱਟਿਆ। 50-60-70 ਸਾਲ ਸਿੱਖਾਂ ਦੇ ਇੱਦਾਂ ਹੀ ਲੰਘੇ ਆ, ਲੜਦਿਆਂ ਭੁੱਲਦਿਆਂ। ਉਹਨਾਂ ਨੇ ਸਾਰਾ ਜ਼ੋਰ ਲਾ ਕੇ ਗੁਰਬਾਣੀ ਨੂੰ, ਸਰੂਪ ਨੂੰ ਸੰਭਾਲਿਆ ਅਤੇ ਸਾਡੇ ਤੱਕ ਪਹੁੰਚਾਇਆ। ਅਸੀਂ ਅਜੇ ਵੀ ਕਹਿੰਦੇ ਵੀ ਸਾਡੇ ਕੋਲ ਕਿਹੜਾ ਪੜ੍ਹਨ ਦਾ ਟਾਈਮ ਨਹੀਂ ਲੱਗਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡਾ ਅਸਲੀ ਖਜ਼ਾਨਾ ਹੀ ਇਹ ਆ, ਹਰ ਹਰ ਜਨ ਕੈ ਮਾਲ ਖਜ਼ੀਨਾ। ਰੱਬ ਦੇ ਜਨ ਬਣੀਏ, ਪਰਮੇਸ਼ਰ ਦੇ ਪਿਆਰੇ ਬਣਾਂਗੇ, ਉਹਦੇ ਜਨ ਬਣਾਂਗੇ ਤਾਂ ਸਾਨੂੰ ਸਮਝ ਆਏਗੀ ਭਾਈ ਰੱਬ ਦਾ ਨਾਮ ਹੀ ਸਾਡਾ ਅਸਲੀ ਖਜ਼ਾਨਾ ਹੈ, ਗੁਰਬਾਣੀ ਹੀ ਸਾਡੀ ਅਸਲੀ ਦੌਲਤ ਹੈ। ਹਰ ਹਰ ਜਨ ਕੈ ਮਾਲ ਖਜ਼ੀਨਾ, ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਜੋ ਨਾਮ ਹੈ, ਇਹੀ ਸਾਡੇ ਵਾਸਤੇ ਸਭ ਤੋਂ ਵੱਡੀ ਦੌਲਤ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਇਹ ਜੋ ਹਰੀ ਦਾ ਧਨ ਹੈ ਨਾਮ ਦਾ, ਇਹ ਧਨ ਸਾਨੂੰ ਰੱਬ ਨੇ ਹੀ ਦਿੱਤਾ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਵਾਹਿਗੁਰੂ ਦੇ ਨਾਮ ਦਾ ਧਨ ਸਾਨੂੰ ਕਿੱਥੋਂ ਮਿਲਦਾ ਹੈ? ਇਹ ਨਾਮ ਦਾਨ, ਇਹ ਨਾਮ ਦਾ ਧਨ ਵਾਹਿਗੁਰੂ ਆਪ ਹੀ ਦਿੰਦਾ ਹੈ। ਇਸੇ ਲਈ ਅਸੀਂ ਅਰਦਾਸ ਵਿੱਚ ਵਾਹਿਗੁਰੂ ਕੋਲੋਂ ਨਾਮਦਾਨ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ। ਇਹ ਨਾਮਦਾਨ ਆਪਾਂ ਰੱਬ ਕੋਲੋਂ ਕਿਉਂ ਮੰਗਦੇ ਹਾਂ? ਕਿਉਂਕਿ ਨਾਮਦਾਨ ਰੱਬ ਨੇ ਹੀ ਦੇਣਾ ਹੁੰਦਾ, ਔਰ ਅੰਦਰੋਂ ਹੀ ਦੇਣਾ, ਪ੍ਰਗਟ ਹੋਣਾ। ਅਸੀਂ ਸ਼ਬਦ ਦਾ ਉਚਾਰਨ ਕਰਦੇ ਹਾਂ, ਨਾਮ ਜਿਹੜਾ ਹੈ ਇਹ ਵਾਹਿਗੁਰੂ ਅੰਦਰ ਹੀ ਬੰਦੇ 'ਤੇ ਪ੍ਰਗਟ ਕਰਦਾ। ਦੁਨੀਆਂ ਦੇ ਵਿੱਚ ਨਾਮ ਦੇ ਨਾਂ 'ਤੇ ਵੀ ਠੱਗੀ ਹੈ। ਜਦੋਂ ਗੁਰੂ ਸਾਹਿਬ ਸੰਸਾਰ 'ਤੇ ਨਹੀਂ ਸੀ ਆਏ, ਉਦੋਂ ਜਤ, ਸੰਜਮ, ਤੀਰਥ ਇਹ ਵਿਕਦੇ ਸੀ। ਗੁਰੂ ਸਾਹਿਬ ਨੇ, ਕਬੀਰ ਸਾਹਿਬ ਨੇ, ਬਾਬਾ ਰਵਿਦਾਸ ਜੀ ਨੇ, ਸਾਰਿਆਂ ਸੰਤਾਂ ਭਗਤਾਂ ਨੇ ਆਖਿਆ ਕਿ ਸਾਰੇ ਕਰਮਕਾਂਡ ਨੀਚੇ ਹਨ ਅਤੇ ਨਾਮ ਦੀ ਮਹਿਮਾ ਵੱਡੀ ਹੈ। ਜਦੋਂ ਫਿਰ 200-500 ਸਾਲ ਨਾਮ ਦੀ ਮਹਿਮਾ ਹੋਈ ਦੁਨੀਆਂ 'ਤੇ, ਫਿਰ ਠੱਗਾਂ ਨੇ ਸੋਚਿਆ ਵੀ ਹੁਣ ਕਰਮਕਾਂਡ ਤਾਂ ਵਿਕਦਾ ਨਹੀਂ, ਨਾਮ ਵੱਡਾ ਹੋ ਗਿਆ, ਤਾਂ ਫਿਰ ਕੋਈ ਗੱਲ ਨਹੀਂ, ਆਪਾਂ ਵੀ ਨਾਮ ਵਾਲੀ ਹੱਟੀ ਪਾ ਲੈਂਦੇ ਹਾਂ। ਅਤੇ ਬੇਅੰਤ ਥਾਵਾਂ 'ਤੇ ਨਾਮ ਦੀਆਂ ਦੁਕਾਨਾਂ ਵੀ ਖੁੱਲ੍ਹ ਗਈਆਂ। ਗਾਂ ਆਉਣ ਵਾਲੇ ਸਮੇਂ 'ਚ ਇਦੋਂ ਵੀ ਲੋਕ ਗਾਂ ਜਾ ਰਹੇ ਨੇ, ਕੋਈ ਕਹਿੰਦਾ ਵੀ ਮੈਡੀਟੇਸ਼ਨ ਕਰੋ, ਕੋਈ ਕਹਿੰਦਾ ਇੱਧਰ ਨੂੰ ਧਿਆਨ ਲਾਓ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ। ਇਨਸਾਨ ਨੂੰ ਨਵੇਂ ਜ਼ਮਾਨੇ ਮੁਤਾਬਕ ਉਹਦੀ ਹਉਮੈ ਨੂੰ ਜਿਹੜੀ ਚੀਜ਼ ਤ੍ਰਿਪਤ ਕਰ ਦੇਵੇ, ਬੰਦਾ ਉੱਧਰ ਤੁਰ ਪੈਂਦਾ ਹੈ। ਸੱਚਾਈ ਇਹ ਹੈ ਕਿ ਗੁਰਬਾਣੀ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ 'ਤੇ ਹਰ ਨਾਮ ਪਾਏਂਦਾ। ਗੁਰਬਾਣੀ ਵਿੱਚੋਂ ਹੀ ਨਾਮ ਲੱਭਣਾ ਹੈ। ਗੁਰਬਾਣੀ ਦਾ ਲਗਾਤਾਰ ਕੀਰਤਨ ਪਾਠ, ਇਹਦੇ ਵਿੱਚ ਆਪਣੀ ਸੁਰਤ ਨੂੰ ਲਾਈਏ। ਗੁਰੂ ਸਾਹਿਬ ਨੇ ਬਾਬੇ ਮਰਦਾਨੇ ਨੂੰ ਨਾਲ ਰੱਖਿਆ, ਕੀਰਤਨ ਕਰਦੇ ਸੀ। ਆਪਾਂ ਨੂੰ ਵੀ ਜੋ ਮਿਲਣਾ ਕੀਰਤਨ 'ਚੋਂ ਮਿਲ ਜਾਣਾ। ਮਹਾਰਾਜ ਜਿੱਥੇ ਗਏ ਸੀ ਉਹਨਾਂ ਕੀਰਤਨ ਹੀ ਕੀਤਾ, ਉਹਨਾਂ ਨੇ ਕੀਰਤਨ ਹੀ ਕੀਤਾ ਨਾ। ਅਸੀਂ ਉਸ ਕੀਰਤਨ ਨੂੰ ਸੁਣੀਏ। ਰਾਗ ਹੁਣ ਤਾਂ ਤੰਤੀ ਸਾਜ਼ਾਂ 'ਚ ਵੀ ਕੀਰਤਨ ਕਰਨ ਵਾਲੇ ਬੇਅੰਤ ਭਰਾ ਹਨ, ਬੇਅੰਤ ਜਥੇ ਹਨ, ਜਿਹੜੇ ਰਾਗਾਂ ਵਿੱਚ ਤੰਤੀ ਸਾਜ਼ਾਂ ਨੂੰ ਬਹੁਤ ਸਮਾਂ ਪਹਿਲਾਂ ਇਹ ਉਪਰਾਲੇ ਸ਼ੁਰੂ ਕੀਤੇ ਗਏ ਸਨ।
ਤੰਤੀ ਸਾਜ਼ਾਂ ਦੇ। ਔਰ ਅੱਜ ਪਰਮਾਤਮਾ ਦੀ ਕਿਰਪਾ ਹੈ, ਰਬਾਬ, ਦਿਲਰੁਬਾ, ਤਾਊਸ, ਸਿਰੰਦਾ, ਇਹਨਾਂ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਬੇਅੰਤ ਹਨ। ਥੋੜ੍ਹੇ ਦਿਨ ਪਹਿਲਾਂ ਛੋਟੇ ਜਿਹੇ ਬੱਚੇ ਦੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਸੰਸਥਾ ਦੇ ਮੁਖੀ ਸਾਹਿਬ ਵੱਲੋਂ ਅਤੇ ਬਾਕੀ ਸਾਰੀਆਂ ਸੰਗਤਾਂ ਵੱਲੋਂ, ਔਰ ਉਹ ਬੱਚੇ ਨੂੰ ਬਹੁਤ ਸਲਾਹਿਆ ਗਿਆ। ਉਹਨੇ 31 ਰਾਗਾਂ 'ਚ ਕਹਿੰਦੇ ਉਹ ਕੀਰਤਨ ਜਾਣਦਾ ਹੈ। ਇਦੋਂ ਪਹਿਲਾਂ ਵੀ ਬਹੁਤ ਸਾਰੇ ਬੱਚੇ, ਥੋੜ੍ਹੇ ਵੱਡੀ ਉਮਰ ਵਾਲੇ ਹੋਣ ਚਾਹੇ ਨੌਜਵਾਨ ਵੀਰ ਹੋਣ, ਰਾਗਾਂ ਦੇ ਵਿੱਚ ਕੀਰਤਨ ਕਰਦੇ ਹਨ। ਅਸੀਂ ਸਾਧ ਸੰਗਤ ਜੀ ਆਪਣੀਆਂ ਪਰੰਪਰਾਵਾਂ ਤੋਂ ਦੂਰ ਹੋਏ ਹਾਂ। ਢਾਡੀ ਕਲਾ, ਕਵੀ ਦਰਬਾਰ, ਕੀਰਤਨ, ਗੁਰੂ ਕਾ ਲੰਗਰ, ਗੁਰੂ ਦੀਆਂ ਚਲਾਈਆਂ ਬੇਅੰਤ ਸੰਸਥਾਵਾਂ ਹਨ ਜਿਨ੍ਹਾਂ ਦੇ ਸਿਰ 'ਤੇ ਇਹ ਕੌਮ ਖੜ੍ਹੀ ਹੈ, ਪੰਥ ਖੜ੍ਹਾ ਹੈ। ਇੱਕ ਸੰਸਥਾਵਾਂ ਇਹ ਹੁੰਦੀਆਂ ਜਿਹੜੀਆਂ ਆਪਾਂ ਬਣਾਉਂਦੇ ਹਾਂ ਕੰਮ ਕਰਨ ਵਾਸਤੇ ਇਕੱਠੇ ਹੋ ਕੇ, ਸੁਸਾਇਟੀਆਂ, ਸੰਸਥਾਵਾਂ। ਇੱਕ ਸੰਸਥਾਵਾਂ ਦਾ ਮਤਲਬ ਇਹ ਹੁੰਦਾ ਜੋ ਗੁਰੂ ਸਾਹਿਬ ਦੇ ਚਲਾਏ ਹੋਏ ਇੰਸਟੀਚਿਊਟ ਹਨ, ਜਿਵੇਂ ਲੰਗਰ ਸੰਸਥਾ ਹੈ, ਜਿਵੇਂ ਸੰਗਤ ਸੰਸਥਾ ਹੈ, ਪੰਗਤ ਹੈ, ਇੱਦਾਂ। ਔਰ ਇਹ ਐਸੀਆਂ ਮਜ਼ਬੂਤ ਨੇ ਕਿ ਇਹ ਕੌਮ ਨੂੰ ਬੰਨ੍ਹੀ ਰੱਖਦੀਆਂ ਨੇ ਚਾਹੇ ਜਿੰਨੇ ਮਰਜ਼ੀ ਸੰਕਟ ਆ ਜਾਣ। ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਹੈ, ਇਹ ਨਾਮ ਦਾਨ ਬਖਸ਼ਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਇਹ ਨਾਮ ਦਾਨ ਅਸੀਂ ਵਾਹਿਗੁਰੂ ਤੋਂ ਮੰਗਦੇ ਹਾਂ। ਇਹ ਨਾਮ ਦਾ ਦਾਨ, ਹਰੀ ਦੇ ਨਾਮ ਦਾ ਧਨ, ਇਹ ਵਾਹਿਗੁਰੂ ਆਪ ਹੀ ਬਖਸ਼ਦਾ ਹੈ। ਹਰ ਹਰ ਜਨ ਕੈ ਓਟ ਸਤਾੜੀ, ਹਰੀ ਦਾ ਨਾਮ ਹੀ ਵਾਹਿਗੁਰੂ ਦੇ ਜਨਾਂ ਦੀ ਓਟ ਹੈ, ਤੇ ਇਹ ਓਟ ਕੋਈ ਕਮਜ਼ੋਰ ਦੀ ਓਟ ਨਹੀਂ ਹੈਗੀ। ਇਹ ਸਤਾਣੀ, ਇਹ ਬੜੇ ਤਾਣ ਵਾਲੀ, ਬੜੀ ਤਾਕਤ ਵਾਲੀ, ਬੜੀ ਪੱਕੀ ਮਜ਼ਬੂਤ ਓਟ ਹੈ, ਬੜੀ ਮਜ਼ਬੂਤ ਓਟ ਹੈ, ਬੜਾ ਸਾਡਾ ਇਹ ਬਲਸ਼ਾਲੀ ਇਹ ਸਹਾਰਾ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਤੂੰ ਸਾਡਾ ਸਮੇਰ ਪਰਬਤ ਹੈ, ਨਾ ਤੂੰ ਡੋਲਣਾ ਅਤੇ ਨਾ ਅਸੀਂ ਡਿੱਗਣਾ। ਡਿੱਗਣ ਵਾਲੀ ਚੀਜ਼ 'ਤੇ ਖੜਾਂਗੇ ਅਤੇ ਉਹਨੇ ਵੀ ਡਿੱਗ ਜਾਣਾ, ਆਪਾਂ ਵੀ ਡਿੱਗ ਜਾਣਾ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਹਰ ਜਨ ਕੈ ਓਟ ਸਤਾਣੀ, ਇਹ ਬੜੇ ਤਾਣ ਵਾਲੀ, ਬੜੇ ਬਲ ਵਾਲੀ ਸਾਡੀ ਓਟ ਹੈ, ਸਾਡਾ ਆਸਰਾ ਹੈ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਇਹ ਉਹਦੇ ਨਾਮ ਦਾ ਹੀ ਪ੍ਰਤਾਪ ਹੈ ਕਿ ਜਿਹੜੇ ਰੱਬ ਦੇ ਜਾਣੇ ਆ ਫਿਰ ਕਿਸੇ ਨੂੰ ਨਹੀਂ ਜਾਣਦੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਔਰੰਗਜ਼ੇਬ ਕਹਿੰਦਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਉਹ ਕਹਿੰਦੇ ਅਸੀਂ ਤੇਰੇ ਮੱਥੇ ਨਹੀਂ ਲੱਗਣਾ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਜਿਹੜੇ ਰੱਬ ਦੇ ਜਨ ਹੁੰਦੇ ਨੇ ਦੂਜਿਆਂ ਦੀ ਕਿਸੇ ਦੀ ਫਿਰ ਪਰਵਾਹ ਨਹੀਂ ਕਰਦੇ, ਚਾਹੇ ਕਿੱਡਾ ਜ਼ਾਲਮ ਆ ਜਾਏ, ਕਿੱਡਾ ਜੁਰਮਾਨਾ ਚੜ੍ਹ ਕੇ ਆ ਜਾਏ, ਉਹ ਪਰਵਾਹ ਨਹੀਂ ਕਰਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ ਪੜ੍ਹਾਉਂਦੇ ਸਨ, ਹਮਾਇਉਂ ਆ ਗਿਆ ਸੀ, ਉਹਨਾਂ ਪਰਵਾਹ ਨਹੀਂ ਕੀਤੀ। ਅਕਬਰ ਬਾਦਸ਼ਾਹ ਆਇਆ, ਮਹਾਰਾਜ ਨੇ ਸਿੱਖਾਂ ਨੇ ਆਖਿਆ ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਕਿ ਪੰਗਤ ਵਿੱਚ ਬੈਠ ਕੇ ਪੰਗਤ ਪ੍ਰਸ਼ਾਦਾ ਜੋ ਛਕੇਗਾ ਉਹਨੂੰ ਗੁਰੂ ਜੀ ਦਰਸ਼ਨ ਦਿੰਦੇ ਹਨ। ਅਕਬਰ ਬਾਦਸ਼ਾਹ, ਉਹਦੇ ਵੀ ਅੰਦਰ ਕੋਈ ਨੇਕੀ ਪੁੰਨ ਭਲਾ ਬਚਿਆ ਸੀ, ਉਹਨੇ ਉਸੇ ਵੇਲੇ ਬਚਨ ਮੰਨਿਆ ਔਰ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਇਹ ਉਹਦੇ ਨਾਮ ਦਾ ਪ੍ਰਤਾਪ ਹੈ, ਜਿਹੜੇ ਉਹਦੇ ਜਨ ਹੁੰਦੇ ਨੇ ਉਹ ਕਿਸੇ ਹੋਰ ਨੂੰ ਨਹੀਂ ਜਾਣਦੇ, ਕਿਸੇ ਦੀ ਪਰਵਾਹ ਨਹੀਂ ਮੰਨਦੇ। ਪੋਤ ਪੋਤ ਜਨ ਹਰ ਰਸ ਰਤੇ, ਹਰੀ ਦੇ ਨਾਮ ਰਸ ਵਿੱਚ ਜਨ ਏਦਾਂ ਰਤੇ ਹੁੰਦੇ ਨੇ, ਰਚੇ ਹੁੰਦੇ ਨੇ, ਜਿੱਦਾਂ ਓਤ ਅਤੇ ਪੋਤ। ਓਤ ਪੋਤ ਦਾ ਮਤਲਬ ਹੁੰਦਾ ਤਾਣਾ ਅਤੇ ਪੇਟਾ। ਜਦੋਂ ਆਪਾਂ ਮੰਜਾ ਬੁਣਦੇ ਹਾਂ ਜਾਂ ਕੱਪੜਾ ਬੁਣਦੇ ਹਾਂ ਤਾਂ ਉਹਦੇ 'ਚ ਕੀ ਹੁੰਦਾ, ਇੱਕ ਤਾਣਾ ਹੁੰਦਾ, ਇੱਕ ਪੇਟਾ ਹੁੰਦਾ। ਜਿਹੜੇ ਲੰਬੇ ਰੁੱਖ ਨੂੰ ਧਾਗੇ ਜਾ ਰਹੇ ਨੇ ਉਹਨੂੰ ਤਾਣਾ ਕਹਿੰਦੇ ਹਾਂ, ਜਿਹੜਾ
ਚੌੜੇ ਰੁੱਖ ਨੂੰ ਧਾਗਾ ਲੰਘਦਾ ਉਹਨੂੰ ਪੇਟਾ ਕਹਿੰਦੇ ਆ। ਇਹ ਤਾਣਾ ਅਤੇ ਪੇਟਾ ਇਹਨੂੰ ਓਤ ਪੋਤ ਕਿਹਾ ਜਾਂਦਾ। ਇੱਕੋ ਹੀ ਰੱਸੀ ਹੁੰਦੀ ਹੈ, ਉਹ ਕਈ ਰੂਪਾਂ 'ਚ ਲੰਘ ਜਾਂਦੀ। ਜਦੋਂ ਉਹ ਤਾਣਾ ਅਤੇ ਪੇਟਾ ਬਣ ਜਾਂਦਾ, ਵੈਸੇ ਧਾਗੇ ਨੂੰ ਤੋੜੋ ਤਾਂ ਬੜੇ ਆਰਾਮ ਨਾਲ ਟੁੱਟ ਜਾਂਦਾ, ਪਰ ਉਹੀ ਧਾਗੇ ਦਾ ਜਦੋਂ ਕੱਪੜਾ ਬਣ ਜਾਂਦਾ ਫਿਰ ਉਹ ਇੰਨਾ ਸੌਖਾ ਨਹੀਂ ਪਾਟਦਾ, ਟੁੱਟਦਾ ਨਹੀਂ। ਮਹਾਰਾਜ ਕਹਿੰਦੇ ਹਨ ਰੱਬ ਦੇ ਨਾਮ ਨਾਲ ਉਹ ਇੱਦਾਂ ਰਚੇ ਹੁੰਦੇ ਨੇ ਜਿਵੇਂ ਤਾਣਾ ਅਤੇ ਪੇਟਾ ਧਾਗੇ ਆਪਸ ਚੰਗੀ ਤਰ੍ਹਾਂ ਰਚੇ ਹੁੰਦੇ ਨੇ। ਇੱਦਾਂ ਓਤ ਪੋਤ ਜਨ ਹਰ ਰਸ ਰਾਤੇ, ਉਹ ਅਕਾਲ ਪੁਰਖ ਦੇ ਨਾਮ ਰਸ ਵਿੱਚ ਤਾਣੇ ਔਰ ਪੇਟੇ ਦੀ ਤਰ੍ਹਾਂ ਜੁੜੇ ਹੁੰਦੇ ਹਨ। ਸੁਨ ਸਮਾਦ ਨਾਮ ਰਸ ਮਤੇ, ਸੁਨ ਸਮਾਦ ਉਹ ਅਫੋਰ ਸਮਾਧੀ ਵਿੱਚ ਹੁੰਦੇ ਹਨ। ਸੁਨ ਜਿਵੇਂ ਆਪਣੇ ਹੱਥ ਪੈਰ ਸੁੰਨ ਹੋ ਜਾਂਦੇ ਨੇ, ਸੁੰਨ ਦਾ ਮਤਲਬ ਜਿਹੜਾ ਕੁਝ ਨਹੀਂ ਕਰ ਰਿਹਾ, ਜਿਹੜਾ ਸਾਡਾ ਮਨ ਹੈ ਇਹ ਹਰ ਵੇਲੇ ਭਟਕਦਾ ਹੈ, ਡੋਲਦਾ ਹੈ, ਹਰ ਵੇਲੇ ਕੁਝ ਨਾ ਕੁਝ ਸੋਚੀ ਜਾਂਦਾ ਹੈ। ਇੱਥੋਂ ਤੱਕ ਕਿ ਸੁੱਤੇ ਪਿਆਂ ਵੀ ਆਪਾਂ ਪਤਾ ਨਹੀਂ ਕਿੰਨੇ ਕੁ ਸੁਪਨਿਆਂ 'ਚੋਂ ਲੰਘ ਕੇ ਆਉਂਦੇ ਹਾਂ, ਮਨ ਸੁੱਤੇ ਪਿਆਂ ਵੀ ਆਪਦਾ ਕੰਮ ਬੰਦ ਨਹੀਂ ਕਰਦਾ। ਮਹਾਰਾਜ ਫਰਮਾਉਂਦੇ ਨੇ ਇਸ ਮਨ ਨੂੰ ਸੁੰਨ ਸਮਾਧੀ ਅਫੁਰ ਅਵਸਥਾ ਉਦੋਂ ਮਿਲਦੀ ਹੈ ਜਦੋਂ ਇਹ ਸ਼ਬਦ ਨਾਲ ਜੁੜਦਾ। ਸੁਨ ਸਮਾਦ ਨਾਮ ਰਸ ਮਾਤੇ, ਅਫੁਰ ਜਿੱਥੇ ਫੁਰਨੇ ਨਹੀਂ ਤੰਗ ਕਰਦੇ, ਜਿੱਥੇ ਮਨ ਦੇ ਖਿਆਲਾਤ ਰੁਕ ਜਾਂਦੇ। ਸੁਨ ਸਮਾਦ ਨਾਮ ਰਸ ਮਾਤੇ, ਵਾਹਿਗੁਰੂ ਦੇ ਨਾਮ ਰਸ ਵਿੱਚ ਉਹ ਮਸਤ ਹਨ, ਉਹਨਾਂ ਦਾ ਮਨ ਅਫੁਰ ਸਮਾਧੀ ਵਿੱਚ ਹੁੰਦਾ ਹੈ ਜਿੱਥੇ ਫੁਰਨੇ ਨਹੀਂ ਵਿਆਪਦੇ। ਆਠ ਪਹਿਰ ਜਨ ਹਰ ਹਰ ਜਪੈ, ਰੱਬ ਦਾ ਪਿਆਰਾ ਅੱਠੇ ਪਹਿਰ 24 ਘੰਟੇ ਹਰ ਵੇਲੇ ਰੱਬ ਰੱਬ ਜਪਦਾ ਹੈ, ਹਰ ਵੇਲੇ ਸਵਾਸ ਸਵਾਸ ਵਾਹਿਗੁਰੂ ਨੂੰ ਸਿਮਰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਪਰਮੇਸ਼ਰ ਦਾ ਭਗਤ ਦੁਨੀਆਂ ਵਿੱਚ ਪ੍ਰਗਟ ਹੈ, ਪ੍ਰਗਟ ਹੁੰਦਾ ਹੈ ਅਤੇ ਛੁਪਦਾ ਨਹੀਂ ਹੈ। ਜਿੰਨਾ ਮਰਜ਼ੀ ਕੋਈ ਛੁਪਾ ਲਵੇ, ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ, ਰਤਨ ਲੁਕਦਾ ਨਹੀਂ ਚਮਕਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਵਾਲਾ ਭਗਤ ਚਾਰੇ ਯੁੱਗਾਂ ਦੇ ਵਿੱਚ ਜਾਣਿਆ ਜਾਂਦਾ ਹੈ। ਦੁਨੀਆਂ ਉਹਨੂੰ ਜਿੰਨਾ ਮਰਜ਼ੀ ਨੀਵੇਂ ਥਾਂ 'ਤੇ ਰੱਖ ਲਵੇ, ਪਰ ਉਹ ਸਾਰੀ ਦੁਨੀਆਂ ਜਾਣ ਲੈਂਦੀ ਹੈ ਕਿ ਉਹ ਪਰਮੇਸ਼ਰ ਦਾ ਭਗਤ ਹੈ। ਭਗਤ ਭਗਤ ਕਰ ਵਜਿਆ ਚਹੋਂ ਯੁੱਗਾਂ ਦੇ ਵਿੱਚ ਅਮਰੇਟਾ, ਜਿਹਨੇ ਵੀ ਭਗਤੀ ਕੀਤੀ ਚਾਰੇ ਯੁੱਗਾਂ ਵਿੱਚ ਉਹਦੀ ਜੈ ਜੈਕਾਰ ਹੋਈ। ਜਿਹਨੇ ਵੀ ਨਾਮ ਜਪਿਆ, ਚਾਹੇ ਉਹ ਕਿਸੇ ਕੁੱਲ ਵਿੱਚ ਹੈ ਚਾਹੇ ਕਿਸੇ ਬਰਾਦਰੀ ਵਿੱਚ ਹੈ, ਸੰਸਾਰ ਦੇ ਮਨੁੱਖ ਬਰਾਦਰੀ ਨੂੰ ਵੱਡਾ ਕਰਕੇ ਜਾਣਦੇ ਨੇ, ਪਰ ਗੁਰੂ ਸਾਹਿਬ ਜੀ ਨਾਮ ਨੂੰ ਵੱਡਾ ਕਰਕੇ ਜਾਣਦੇ ਨੇ। ਪਰਮੇਸ਼ਰ ਦੇ ਪਿਆਰਿਆਂ ਲਈ ਨਾਮ ਵੱਡਾ ਹੈ, ਜਿੱਥੇ ਨਾਮ ਹੈ ਉੱਥੇ ਸੀਸ ਝੁਕ ਜਾਂਦਾ ਹੈ, ਜਿੱਥੇ ਨਾਮ ਨਹੀਂ ਹੈ ਉੱਥੇ ਉਹ ਪ੍ਰਵਾਹ ਨਹੀਂ ਕਰਦੇ। ਹਰ ਪ੍ਰਤਾਪ ਜਾਣੇ ਅਵਰ ਨਾ ਜਾਣੀ, ਔਰੰਗਜ਼ੇਬ ਵਰਗਿਆਂ ਦੀ ਵੀ ਪ੍ਰਵਾਹ ਨਹੀਂ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਖ ਦਿੱਤਾ ਕਿ ਅਸੀਂ ਤੇਰੇ ਮੱਥੇ ਨਹੀਂ ਲੱਗਣਾ ਅਤੇ ਨਹੀਂ ਲੱਗੇ। ਸਾਧ ਸੰਗਤ ਜੀ, ਹਰ ਪ੍ਰਤਾਪ ਜਾਣੇ ਅਵਰ ਨਾ ਜਾਣੀ, ਇਹ ਅਕਾਲ ਪੁਰਖ ਦੇ ਨਾਮ ਦਾ ਪ੍ਰਤਾਪ ਹੈ। ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਸਦਾ ਹੀ ਪ੍ਰਗਟ ਹੁੰਦੇ ਹਨ, ਕਦੀ ਵੀ ਉਹ ਛੁਪ ਨਹੀਂ ਸਕਦੇ, ਸਾਰੀ ਦੁਨੀਆ ਉਹਨਾਂ ਦਾ ਜਸ ਕਰਦੀ ਹੈ। ਹਰ ਕੇ ਭਗਤ ਮੁਕਤ ਬਹੁ ਕਰੇ, ਅਕਾਲ ਪੁਰਖ ਦੀ ਭਗਤੀ ਦੇ ਨਾਲ ਬਹੁਤ ਮੁਕਤ ਹੋਏ ਹਨ, ਇੱਕ ਨਹੀਂ ਦੋ ਨਹੀਂ ਬੇਅੰਤ ਮਨੁੱਖ ਹਨ ਜਿਹੜੇ ਇਸ ਅਕਾਲ ਪੁਰਖ ਦੇ ਨਾਮ ਨੂੰ ਜਪ ਕੇ ਪਰਮਾਤਮਾ ਦੀ ਭਗਤੀ ਦੇ ਨਾਲ ਤਰ ਗਏ ਹਨ। ਨਾਨਕ ਜਨ ਸੰਗ ਕੀਤੇ ਤਰੇ, ਜੋ ਪਰਮੇਸ਼ਰ ਦਾ ਜਨ ਹੈ, ਪਿਆਰਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੈ, ਉਹ ਇਕੱਲਾ ਆਪ ਨਹੀਂ ਤਰਦਾ, ਜਨ ਸੰਗ ਕੀਤੇ ਤਰੇ ਉਹਦੇ ਨਾਲ ਕਈ ਤਰ ਜਾਂਦੇ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਹੀ ਹੈ ਸਵਾਓ,
ਜਨ ਕੈ ਸੰਗ ਚਿਤ ਆਵੈ ਨਾ ਹੋ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਨਾਨਕ ਜਨ ਸੰਗ ਕੇਤੇ ਤਰੇ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਦੇ ਮੁਕੁਜਲੇ ਕੇਤੀ ਛੁੱਟੀ ਨਾਲ, ਨਾਨਕ ਜਨ ਸੰਗ ਕੇਤੇ ਤਰੇ। ਗੁਰੂ ਮਹਾਰਾਜ ਕਿਰਪਾ ਕਰਨ ਮੰਨੈ ਪਰਵਾਰੈ ਸਾਧਾਰ, ਸਾਰੇ ਟੱਬਰ ਨੂੰ ਆਸਰਾ ਮਿਲ ਜਾਂਦਾ ਜਦੋਂ ਇੱਕ ਜਣਾ ਰੱਬ ਨਾਲ ਜੁੜਦਾ। ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੇ, ਘਰ 'ਚੋਂ ਕੋਈ ਇੱਕ ਜਣਾ ਹੀ ਪਾਠ ਕਰਨ ਲੱਗ ਜੇ, ਬਾਣੀ ਪੜ੍ਹਨ ਲੱਗ ਜੇ, ਹਰ ਇੱਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਆਪਾਂ ਵੀ ਜੇ ਛੋਟੇ ਹੁੰਦੇ ਹਾਂ ਕਿਤੇ ਦੋ ਪੌੜੀਆਂ ਜਪਜੀ ਸਾਹਿਬ ਦੀਆਂ, ਪੰਜ ਪੌੜੀਆਂ ਯਾਦ ਕੀਤੀਆਂ, ਤਾਂ ਆਪਾਂ ਨੂੰ ਵੀ ਤਾਂ ਕਿਸੇ ਨੇ ਬਿਠਾ ਕੇ ਕਰਾਈਆਂ ਹੀ ਹੋਣਗੀਆਂ। ਨਾਨਕ ਜਨ ਸੰਗ ਕੇਤੇ ਤਰੇ, ਕੋਈ ਇੱਕ ਬੰਦਾ ਰੱਬ ਦਾ ਨਾਂ ਲੈਣ ਲੱਗ ਜੇ, ਉਹਦੇ ਨਾਲ ਕਈਆਂ ਦਾ ਭਲਾ ਹੋ ਜਾਂਦਾ, ਕਿਸੇ ਨਾ ਕਿਸੇ ਨੂੰ ਲਾਗ ਲੱਗ ਜਾਂਦੀ। ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਨੇਰੇ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੀ ਬਰਕਤ ਨਾਲ ਕਰੋੜਾਂ ਹੀ ਤਰ ਜਾਂਦੇ ਹਨ, ਕਈਆਂ ਦਾ ਭਲਾ ਹੁੰਦਾ। ਸੋ ਆਪਾਂ ਆਪਣੇ ਤੋਂ ਸ਼ੁਰੂ ਕਰੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਵੀ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਹ ਖਜ਼ਾਨੇ ਲਿਆ ਰਲਾਏ, ਹਰ ਹਰ ਜਨ ਕੈ ਮਾਲ ਖਜ਼ੀਨਾ। ਇਸ ਖਜ਼ਾਨੇ ਦੇ ਭਾਈਵਾਲ ਬਣੀਏ। ਗੁਰੂ ਸਾਹਿਬ ਮਹਾਰਾਜ ਸੱਦਾ ਦਿੰਦੇ ਨੇ, ਆਓ ਇਸ ਬਾਣੀ ਦੇ ਖਜ਼ਾਨੇ ਨੂੰ ਤੁਸੀਂ ਵੀ ਲੈ ਲਓ, ਤੁਸੀਂ ਵੀ ਇਹਦੇ ਮਾਲਕ ਬਣ ਜਾਓ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਕੇ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ